ਦਾ ਦੁਬਾਰਾ ਮੇਰੇ ਪੀਰ ਦਾ ਬੋਲੋ ਭਗਤੋ ਜੈਕਾਰਾ ਮੇਰੇ ਪੀਰ ਦਾ। ਸਭ ਤੋਂ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਸਾਰੀ ਸੰਗਤ ਨੂੰ ਇਸ ਨਗਰ ਖੇੜੇ ਦੇ ਜਿੰਨੇ ਵੀ ਵਸਨੀਕ ਨੇ ਦਾਤਾ ਜੀ ਦੇ ਇਰਦ ਗਿਰਦ ਵਸਦੇ ਨੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਹਰਮਨ ਜਰਮਨ ਸੰਗੀਤ ਪਰਿਵਾਰ ਦੇ ਵੱਲੋਂ ਸੋ ਅੱਜ ਦੀ ਘੜੀ ਬੜੀ ਮੁਬਾਰਕ ਘੜੀ ਹੈ, ਬੜੀ ਖੁਸ਼ੀਆਂ ਵਾਲੀ ਘੜੀ ਹੈ ਕਿ ਇਸ ਘੜੀ ਦਾ ਤੁਹਾਨੂੰ ਅਤੇ ਸਾਨੂੰ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਕਿਉਂਕਿ ਸਮਾਂ ਵੀ ਇਜਾਜ਼ਤ ਨਹੀਂ ਦੇ ਰਿਹਾ ਕਿਉਂਕਿ ਸਮਾਂ ਆਪਾਂ ਥੋੜ੍ਹਾ ਜਿਹਾ ਲੇਟ ਹੈ। ਸੋ ਆਓ ਉਹਨਾਂ ਬੱਚਿਆਂ ਨੂੰ ਆਪ ਸਭ ਦੇ ਨਾਲ ਮੁਖਾਤਿਬ ਕਰੀਏ ਕਿ ਜਿਹਨਾਂ ਬੱਚਿਆਂ ਦਾ ਆਪ ਸਭ ਨੂੰ ਕਾਫੀ ਸਮੇਂ ਤੋਂ ਬੜੀ ਸ਼ਿੱਦਤ ਦੇ ਨਾਲ ਇੰਤਜ਼ਾਰ ਹੈ। ਸੋ ਜ਼ਿਕਰ ਕਰਦੇ ਹਾਂ ਹਰਮਨ ਅਤੇ ਜਰਮਨ ਜਿਨ੍ਹਾਂ ਨੇ ਆਪਣੀ ਗਾਇਕੀ ਦਾ ਦੌਰ ਸ਼ੁਰੂ ਕੀਤਾ ਸੀ 5 ਸਾਲ ਦੀ ਉਮਰ ਦੇ ਵਿੱਚ। ਅੱਜ ਤੁਹਾਡੇ ਪਿਆਰ ਸਦਕੇ ਪੀਰਾਂ ਪੈਗੰਬਰਾਂ ਦੇ ਆਸ਼ੀਰਵਾਦ ਸਦਕੇ ਪੰਜਾਬ ਦੇ ਕੋਨੇ ਕੋਨੇ ਦੇ ਵਿੱਚ ਜਾ ਕੇ ਇਹਨਾਂ ਪੀਰਾਂ ਪੈਗੰਬਰਾਂ ਦੇ ਨਾਮ ਦਾ ਗੁਣਗਾਨ ਕੀਤਾ ਹੈ। ਸੋ ਆਓ ਅੱਜ ਇਸ ਮੰਚ ਤੋਂ ਉਹਨਾਂ ਬੱਚਿਆਂ ਨੂੰ ਆਪ ਸਭ ਦੇ ਨਾਲ ਮੁਖਾਤਿਬ ਕਰੀਏ। ਸੋ ਜਿੰਨੀ ਵੀ ਸੰਗਤ ਬੈਠੀ ਹੈ ਇੱਕ ਵਾਰੀ ਜ਼ੋਰਦਾਰ ਤਾੜੀਆਂ ਦੇ ਨਾਲ ਦੇ ਦਿਓ ਇਜਾਜ਼ਤ। ਸੋ ਲਓ ਤੁਹਾਡੀਆਂ ਜ਼ੋਰਦਾਰ ਤਾੜੀਆਂ ਦੀ ਗੜਗੜਾਹਟ ਦੇ ਵਿੱਚ ਮਾਈਕ 'ਤੇ ਸੱਦਾ ਦਿਆਂ ਉਹਨਾਂ ਛੋਟੀਆਂ ਛੋਟੀਆਂ ਬੱਚਿਆਂ ਨੂੰ ਵਨ ਐਂਡ ਓਨਲੀ ਹਰਮਨ ਜਰਮਨ। ਤਾੜੀ ਮਾਰ ਦਿਓ ਸਾਰੀ ਸੰਗਤ ਜਿਹਨਾਂ ਛੋਟੀਆਂ ਛੋਟੀਆਂ ਬੱਚਿਆਂ ਦਾ ਆਪ ਸਭ ਨੂੰ ਇੰਤਜ਼ਾਰ ਸੀ। ਦਰਬਾਰ ਪੀਰ ਬਾਬਾ ਜਾਨੀ ਸ਼ਾਹ ਸਰਕਾਰ ਦੇ ਵਿੱਚ ਨਤਮਸਤਕ ਹੋ ਕੇ ਮਨ ਤੇ ਤਸ਼ਰੀਫ ਬੰਦਾਰ ਹੋ ਚੁੱਕੇ। ਬਹੁਤ ਸ਼ੁਕਰਗੁਜ਼ਾਰ ਹਾਂ ਮੇਰੇ ਵੱਡੇ ਭਾਅ ਜੀ ਮੰਚ ਸੰਚਾਲਕ ਸੋਢੀ ਭਾਅ ਜੀ। ਔਰ ਅੱਜ ਦਾ ਜਿਹੜਾ ਪ੍ਰੋਗਰਾਮ ਲਾਈਵ ਚੱਲ ਰਿਹਾ ਹੈ ਕਿਉਂਕਿ ਜਿੰਨੀ ਵੀ ਸੰਗਤ ਜਿੰਨੇ ਮੇਰੇ ਵੀਰ ਇਸ ਨਗਰ ਖੇੜੇ ਦੇ ਬਾਹਰ ਦੀਆਂ ਕੰਟਰੀਆਂ 'ਚ ਬੈਠੇ ਨੇ ਅੱਜ ਉਹ ਵੀ ਇਸ ਦਰਬਾਰ ਦਾ ਦਰਬਾਰ ਪੀਰ ਬਾਬਾ ਜਾਨੀ ਸ਼ਾਹ ਸਰਕਾਰ ਦੇ ਇਸ ਮੇਲੇ ਦਾ ਆਨੰਦ ਉਠਾ ਰਹੇ ਨੇ। ਸੋਢੀ ਭਾਈ ਜੀ ਟਿੱਬੇ ਵਾਲੇ ਔਰ ਇੱਧਰ ਫਕੀਰਾਂ ਵੱਲੋਂ ਪਿਆਰ ਹਰਮਨ ਜਰਮਨ ਨੂੰ ਮਿਲ ਚੁੱਕਿਆ ਹੈ ਔਰ ਸਾਰੀ ਸੰਗਤ ਵੱਲੋਂ ਵੀ ਪਿਆਰ ਮਿਲ ਚੁੱਕਿਆ ਹੈ। ਸਵਾਓ ਆਪ ਸਭ ਦੀ ਖਿਦਮਤ 'ਚ ਲੈ ਕੇ ਹਾਜ਼ਰ ਦਾਤਾ ਜੀ ਦੇ ਨਾਮ ਦਾ ਗੁਣਗਾਨ ਹੈ ਹਰਮਨ ਅਤੇ ਜਰਮਨ। ਜਗਰਾ ਪੀਰ ਬਾਬਾ ਜਾਨੀ ਸ਼ਾਹ ਜੀ ਦਾ ਬੋਲ ਸੱਜੇ ਦਰਬਾਰ ਕੀ ਐਦਾਂ ਨਹੀਂ ਆਪਣੇ ਦੋਵੇਂ ਹੱਥ ਖੜੇ ਕਰਕੇ ਜਗਰਾ ਪੀਰ ਬਾਬਾ ਜਾਨੀ ਸ਼ਾਹ ਜੀ ਦਾ ਬੋਲ ਸੱਜੇ ਦਰਬਾਰ ਕੀ ਜੈ ਦਰਬਾਰ ਕੀ ਜੈ। ਸੋ ਆਈ ਹੋਈ ਸਾਰੀ ਹੀ ਸੰਗਤ ਨੂੰ ਸਾਡੇ ਵੱਲੋਂ ਜੈ ਪੀਰਾਂ ਦੀ ਜੈ ਮਸਤਾਂ ਦੀ ਜੈ ਸਾਈਆਂ ਦੀ। ਸੋ ਜਿੰਨੇ ਵੀ ਦਰਬਾਰ ਦੇ ਸੇਵਾਦਾਰ ਨੇ ਸਾਰਿਆਂ ਨੂੰ ਹੀ ਸਾਡੇ ਵੱਲੋਂ ਇਸ ਮੇਲੇ ਦੀਆਂ ਲੱਖ ਲੱਖ ਮੁਬਾਰਕਾਂ।
सो एक बार ताड़ी बजा दो जिन्हें भी दरबार के सेवादार ने उन्होंने वास्ते। सो दूसरी बार सानू इस पिंड दे विच हाजरी लगवाउण दा मौका मिलिया, सो एक बार ताड़ी बजा दो अपने अपने नाम से। और डिंपी साउंड बहुत अच्छी साउंड है, एक बार ताड़ी बजा दो जरा साउंड वास्ते, क्योंकि ये स्टार कलाकारा नाल जांदे ने उन्हां नूं गवांदे ने, अज सानू गवा रहे ने, ताड़ी लाओ जरा साउंड वास्ते। शुक्रिया। और सब तो पहले अपने गुरु महाराज के चरणों में हाजरी। सदका बीबी फातिमा सदका शेर बली, 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 सदका हसन हुसैन का सदका शाली, सदका बीबी फातिमा सदका शेर बली, सदका हसन हुसैन का सदका शाली। थोड़े कदम तातरती पहला मुश्किल हल करती, तो जहां दे वाली नजर मेरे दी कहनी आई। हैदरियम कलंदरम मस्तम ए बंदाए मुर्तजाली हस्तम, ए पेशवाए तमाम मुर्दानम के सगे हुए शेरे हस्ता, अली मेरा दिल अली मेरी जान, 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 अली नाल वसदा मलका दा जहां, अली नाल वसदा मलका दा जहां, अली मेरा दिल अली मेरी जान, अली मेरा दिल अली मेरी जान, दिल 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 क्योंकि सच्ची है सरकारा बैठी है ने, एक बारी ताड़ी लागे जरा। सो कमेटी वालों बहुत सारा मान बहुत सारा प्यार, एक बारी ताड़ी बजाओ जरा, ताड़ी लागे की कहना है, मेरे मौला वर्गा कोई ना, मेरे दाता वर्गा कोई ना, मेरे मौला वर्गा कोई ना, मेरे दाता वर्गा कोई ना, मेरे मौला वर्गा कोई ना, मेरे दाता वर्गा कोई ना, मेरे मौला वर्गा कोई ना, मेरे दाता वर्गा कोई ना, मेरे पीर वर्गा कोई ना, मेरे मुर्शिद वर्गा कोई ना, मुश्किलों के बीच मेरे मौला, मुश्किलों के बीच मेरे मौला, अली दे जदों नारे बजदे जकरा पीर बाबा जानी शाही दा बोल सच्चे दरबार की जय, दरबार की जय। मुश्किलों के बीच मेरे मौला,
Yeah.
ਦਾਤਾ ਪੀਰ ਸੋਣਾ ਜਿਵੇਂ ਜੀਵੇ ਜਿਵੇਂ ਦਾਤਾ ਪੀਰ ਸੋਣਾ ਜਿਵੇਂ ਜੀਵੇ ਜਿਵੇਂ ਦਾਤਾ ਪੀਰ ਸੋਣਾ ਪਾਣੀ ਛੰਨੇ ਵਿੱਚੋਂ ਕਾ ਪੀਤਾ ਦਾਤਾ ਪੀਰ ਸੋਣਾ ਪਾਣੀ ਛੰਨੇ ਵਿੱਚੋਂ ਕਾ ਪੀਤਾ ਕਦਰੇ ਵਿੱਚੋਂ ਰੱਬ ਦਿਸਦਾ ਕਦਰੇ ਵਿੱਚੋਂ ਰੱਬ ਦਿਸਦਾ ਤੈਨੂੰ ਸੱਚਦਾ ਮੈਂ ਤਾਂ सरकार दा बोल साचे दरबार की जय। दरबार बाबा जानी शाह सरकार प्रबंधक कमेटी वालों बहुत सारा मान बहुत सारा आशीर्वाद हरमन जरमन संगीत परिवार नूं पहुंचे। सो बहुत बहुत शुक्रगुजार सारी संगत दे और बाबा जी दे बहुत बहुत शुक्रगुजार जिन्हें दे वालों बहुत सारा प्यार बहुत सारा मान इन्होंने छोटिया बच्चों मिले। सो आओ इसी तरह दाता जी के चरणों विच कुछ नवीं हाजरिया के नाल आप सब की नज़र दाता जी के नाम का गुणगान करते हुए हरमन जरमन। बोल सचे दरबार की तुसी जैत दा बुलाने हो ज्यादा गर्मी लगती है लगती किना किना नु लगती है हाथ खड़े करो हुण नहीं लगती किसी अच्छा ठंड लगती है हले तो मीह भी नहीं इन्ना पिया तुसी पहले ही सलाबा पा दिता बोर तो नहीं होंगे आवाज सुनती है मेरी वो तो ऐदा सिर फड़ के बैठे हैं अच्छा नाले ही हद थले मैं कहा शायद मेरी कवालियां बोर कर दी हूँ आवाज सुनती है सारे ताड़ी तुड़ी भी जाके दसो मैनू भी सुनती है इदा पता नहीं लगता क्या बात पिछे वाले ने सुनती ये सारा डिंपी साउंड का कमाल है जिहड़ी इन्नी दूर दूर तक आवाज सुनदी ताड़ी बजाओ जरा साउंड वास्ते ताड़ी बजा दिया करो हवा आउंदी इदां एकदम एक आले दुआले जिहड़ा मच्छर हुंदा उह भी मर जांदा जदों आपां करदे आ ठीक है आओ बहुत सारा मान बहुत सारा प्यार साढ़े बाबा जी वालों सो तहे दिलों शुक्र गुजार हाँ की कहते सुने उसने फगवाड़े तो साईं सुरिंदर शर्मा जी ताड़ी बजाओ जरा ना बस क्या बात है शर्मा साहब ताड़ी लाओ जरा खुल के ना बस शुक्रिया दो चार बार पापा जी होर आ जाओ साडा भी दिल लगा रहना ताडा भी लगा रहना तुही उठ उठ के आई जाना मैं फड़ी जाने इदा करके ठीक है जी क्योंकि कलाकार की एनर्जी उदो बनती है जो पैसे आते जाते रहन है ना जिदा पैसे आते रहते उदे बंदे नू सह आता जाता रहा इस करके जे तुसी चाहते हो मैं स्टेज पर सह लेंदी रहा तो पैसे आन दे क्योंकि पैसों का की है पैसे तो हथा दी मैं लिया पैसे तो भावें तुसी दिओ भावें हाँ जी की
ना देने वाला काम नहीं है गरीब मार नहीं करनी पैसे दियो मतलब दियो 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 ठीक है आओ मौलाली मौला गौस कुतुब सारे अली अली करी दे मौलाली मौला 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 मौलाली मौला मौलाली मौला गौस कुतुब सारे अली अली करी दे हुकम अली दा चले आसमान ते सूरज चन तारे अली अली करी दे पढ़ पढ़ आलम फजल होया ते कदे अपने आप नु पढ़िया जा जा बहना मंदिर मसीता कद दिली अपने बिच बढ़िया नहीं एवं रोज शैतान लड़ना है कद मन अपने नाली लड़िया नहीं भुले शाह आसमानी उठ दिया फैदा ते जेड़ा कर बैठा सिर ते टोपी ते तेरी नियत खोटी ते लेना की टोपी सिर तरके तस्वी फेरी दिल ना फिरिया ते लेना की तस्वी हथ फड़के चिले की ते चली आईया कीतिया फिर भी रब ना मिलिया ते लेना की चले फड़के ओ भुले शाह जाग बिना दूध नहीं हो जमदा ते पावे लाल हो गए ठहर जाओ के अभी एहतराम नहीं ठहर जाओ के अभी एहतराम नहीं तू तो फिर मात्र हैदर है कोई अम नहीं जो भी देखेगा तेरे बेटे का सच्चा खाना जो भी देखेगा तेरे बेटे का सच्चा खाना उसे हाजी ना बना दूं तो मेरा नाम नहीं शाह मर्दाने अली शेरे असदाने अली शाह मर्दाने अली शेरे असदाने अली लापता अली ओनू रब दियां रखा ओदा जिथे जिथे पै बहुत सारा प्यार बहुत सारा मान साढ़े अंकल जी बहुत सारा प्यार देके गए ने शुक्र गुजारा सो एक बार सारे जने अपने दम हथ खड़े करके ताड़ी लागे जरा ओनू रब दिया रखा 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 ओदा जिथे जिथे पे ओनू रब दिया
ਭੋਲਾ ਹਸਨੈਨ ਦਾ ਉਹਦੇ ਤੇ ਕਰਮੇ ਭੋਲਾ ਹਸਨੈਨ ਦਾ ਉਹਦੇ ਤੇ ਕਰਮੇ ਭੋਲਾ ਹਸਨੈਨ ਦਾ ਉਹਦੇ ਤੇ ਕਰਮੇ ਸ੍ਰੀ ਉੱਤੇ ਉਹਦੇ ਮੋਲਾ ਦਾਦੀ ਦਾ ਇਹ ਰਮੀਏ ਸ੍ਰੀ ਉੱਤੇ ਉਹਦੇ ਮੋਲਾ अली
अली अली अली Oh,
ਪਸੋਕਾ ਆਸਰਾ ਪਸੋਕਾ ਆਸਰਾ ਤੇਰੇ ਸਿਵਾ ਕਰਦੇ ਰਹੀਏ ਯਾਦ ਮਾਲਾ ਨੂੰ ਕਰਦੇ ਰਹੀਏ
दाता जी अंतर्म करो, दाता जी अंतर्म करो, हट कर्म कमांड, हट हट कर्म पाकी अंतर्म करो, हट कर्म कमांड, बेले जागोस पाकी अंतर्म करो, पाकी अंतर्म करो, तेरे जानी शादी कर्म करो, वीर जी कर्म करो, लगता तानी कर्म करो, वीर जी कर्म करो, हट कर्म कमांड, बेले चंगा लगता तो ताड़ी जरूर मार दिया करो सारी संगत। अज बड़ा पाक ते बड़ा पवित्र त्यौहार भी है जिदे विच भैणां ते भरावां दे रिश्ते दी गल, क्योंकि दरबार बाबा जानी शाह सरकार इसे तरह इस नगर खेड़े ते अपनी कृपा रखे। कहिंदे कि मेल वड्डियां दा की छोटियां नाल, बाबा जी मेल वड्डियां दा की छोटियां नाल, पूरा थान किथे ते गिठलीर किथे, मुर्शद मिल जे सही रा पाउण वाला, हर बंदे दी ऐसी तकदीर किथे, बाना पा के ता दुनिया ते लखा ही फिरदे ने, जानी शाह दे वर्गा पीर किथे, जानी शाह दे वर्गा पीर किथे। सो बाबा जी सुरिंदर शाह जी सुरिंदर वर्मा जी फगवाड़ा तो, क्योंकि इतने जम्मे पले ने इस मिट्टी के नाल, क्योंकि इन्हों दातियां की इबादत इन्हों पीरो मुरशद जिन्हों ने, क्योंकि जेडे नगर के पीर के वास हो उस नगर खेड़े का वैसे भी कोई बाल बिंगा नहीं कर सकता, क्योंकि जिते साक्षात बाबा जानी शाह सरकार और शाह इनायत सरकार बाबा बुले शाह दे गुरु पीरो मुरशद। सो जितों पहली बार बाबा जी दे नाल मेल होया सी, सामने साढ़े बाई जी लाइव जिहड़े कर रहे ने उत्थे भी पहली बार मेल होया सी। सो दरबार बाबा शाह इनायत दे दरबार तो तुसीं हरमन जरमन नूं देखिया ते इत्थे अपने सदा पिंड दे विच बुक कीता है। आप सब दा तहे दिलों धन्नवाद करदे हां, क्योंकि जिहड़े धीआं नूं प्यार करदे इक वारी धीआं वास्ते खुल के ताड़ी मार दिओ जरा। कहिंदे कि नानक ने दिता जिन्हों रुतबा महान है। सो अक्सर मैं हरेक मंच से गल करता हूँ, क्योंकि सोशल मीडिया का दौर चल रहा है कि अजकल हर एक पुत चाहिए धी किसी नहीं चाहिए। सोशल मीडिया से अक्सर देखने को मिलता है कि वीडियो बहुत सारिया वायरल होंगे जिते धियां नूं कुखां दे विच मारिया जा रहा, धियां नूं पोलीथीन लिफाफियां दे विच पा के गटरां च सुट्टिया जा रहा। कहिंदे कि नानक ने दिता जिन्हों रुतबा महान है, ते जेदी गोदी विच पैदा होया इंसान है, उसनू ही कुख विच कतल कराउंदा, जेड़ा करो कोई इलाज ओनू समझाउण दा, जेड़ी सानू सारियां नू दुनिया दिखाउण वाली, ओनू क्यों नहीं हक दुनिया ते आउण दा, ओनू क्यों नहीं हक दुनिया ते आउण दा। दुर्गा दा रूप कह के करदे आ पूजा जेदी, कंजकां दे पैरी हथ लाउंदे आ, किन्नियां दवावां साडी जिंदगी लई मंगदी है, जदों ओ तो रखड़ी बनाउंदे आ। लक्ष्मी दा रूप लैके आवे जदों घर विच, लक्ष्मी दा रूप लैके आवे जदों घर विच, फर्ज निभाउंदी घर नूं वसाउण दा, जेड़ी सानू सारियां नूं दुनिया दिखाउण वाली, ओनू क्यों नहीं हक दुनिया ते आउण दा, ओनू क्यों नहीं हक दुनिया ते आउण दा, ओनू क्यों नहीं हक दुनिया ते आउण दा। सो जिहड़े धीआं नूं प्यार करदे ने, क्योंकि ये धीआं साडियां हरमन ते जरमन, अज पंजाब के कोने कोने के इन पीर पैगंबर इन वलियां के नाम का गुणगान किया है, और 6 तरीक की इन्हों की बार की फ्लाइट है। एक बार तारी मार दो खुल के जरा, क्योंकि
ਤੁਸੀਂ ਇੰਨਾ ਪਿਆਰ ਜੇ ਸਾਡੇ ਪੰਜਾਬ ਦੇ ਵਿੱਚ ਇੰਨਾ ਪਿਆਰ ਦਿੱਤਾ ਤੇ ਬਾਹਰਲੀਆਂ ਕੰਟਰੀਆਂ ਵਾਲਿਆਂ ਨੇ ਵੀ ਪਿਆਰ ਦੇਣਾ ਸ਼ੁਰੂ ਕਰਤਾ ਸੋ ਇਹਨਾਂ ਦੀ 6 ਤਰੀਕ ਦੀ ਫਲਾਈਟ ਹੈ ਸੋ ਉੱਥੇ ਵੀ ਦਾਦਿਆਂ ਦੇ ਨਾਮ ਦਾ ਗੁਣਗਾਨ ਕਰਨਗੀਆਂ ਔਰ ਜਿੰਨਾ ਤੁਸੀਂ ਪਿਆਰ ਹਰਮਨ ਜਰਮਨ ਨੂੰ ਬਖਸ਼ਿਆ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਇੰਨਾ ਮਾਣ ਇੰਨਾ ਇਹਨਾਂ ਬੱਚਿਆਂ ਨੂੰ ਪਿਆਰ ਦਿੱਤਾ ਹੈ ਸੋ ਦਾਤਾ ਜੀ ਦੇ ਚਰਨਾਂ ਦੇ ਵਿੱਚ ਦਰਬਾਰ ਬਾਬਾ ਜਾਨੀ ਸ਼ਾਹ ਸਰਕਾਰ ਇਸੇ ਤਰ੍ਹਾਂ ਸਭ ਦੀਆਂ ਝੋਲੀਆਂ ਭਰੇ ਕਹਿੰਦੇ ਕੋਈ ਦੁੱਧ ਮੰਗਦਾ ਕੋਈ ਪੁੱਤ ਮੰਗਦਾ ਕੋਈ ਦੁੱਧ ਮੰਗਦਾ ਕੋਈ ਪੁੱਤ ਮੰਗਦਾ ਕੋਈ ਮੰਗਦਾ ਕਾਰੋਬਾਰ ਦਾਤਾ ਜੀ ਸਾਡਾ ਸੁਖੀ ਵਸੇ ਪਰਿਵਾਰ ਦਾਤਾ ਜੀ ਸਾਡਾ ਸੁਖੀ ਵਸੇ ਪਰਿਵਾਰ ਸੋ ਦਾਤਾ ਜੀ ਸਭ ਦੀਆਂ ਆਸਾਂ ਮੁਰਾਦਾਂ ਪੂਰੀਆਂ ਕਰਨ ਸਭ ਦੇ ਖਜ਼ਾਨੇ ਭਰਨ ਸਭ ਨੂੰ ਤੰਦਰੁਸਤੀਆਂ ਬਖਸ਼ੇ ਸੋ ਆਓ ਦਾਤਾ ਜੀ ਦੇ ਚਰਨਾਂ 'ਚ ਇਸੇ ਤਰ੍ਹਾਂ ਲੈ ਕੇ ਹਾਜ਼ਰ ਆਪ ਸਭ ਦੀ ਖਿਦਮਤ ਹਰਮਨ ਤੇ ਜ਼ਰਮਨ ਬੋਲ ਮਿੱਟੀ ਦੇ ਬਾਬੂ ਹਲੇ ਜਗਰਾ ਪੀਰ ਬਾਬਾ ਜਾਨੀ ਸ਼ਾਹ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਦਰਬਾਰ ਕੀ ਪ੍ਰੈਜ਼ੈਂਟ ਐਬਸੈਂਟ ਲੱਗ ਰਹੀ ਦੀਪੀ ਬਾਜੀ ਦੋਵੇਂ ਹੱਥ ਖੜੇ ਕਰਕੇ ਦਰਬਾਰ ਕੀ ਹੋਰ ਉੱਚੀ ਦਰਬਾਰ ਕੀ ਸੋ ਬੋਲ ਮਿੱਟੀ ਦਾ ਬਾਬੇ ਆ ਮਿੱਟੀ ਦੀ ਗੱਲ ਹੈ ਕਿਸ ਮਿੱਟੀ ਤੇ ਆਕੜ ਕੇ ਕਿਉਂ ਤੁਰਦੇ ਬਹੁਤ ਸਾਰਾ ਮਾਣ ਸੋ ਤਹਿ ਦਿਲੋਂ ਸ਼ੁਕਰ ਗੁਜ਼ਾਰ ਹੈ ਇਸ ਮਿੱਟੀ ਤੇ ਆਕੜ ਕੇ ਕਿਉਂ ਤੁਰਦੇ ਇਸ ਮਿੱਟੀ ਤੇ ਆਕੜ ਕੇ ਕਿਉਂ ਤੁਰਦਾ ਹੋ ਜਾਣੀਏ ਤੇਰੀ ਇਹ ਸ਼ਾਨ ਮਿੱਟੀ ਤੇ ਜਦੋਂ ਮੌਤ ਦੀ ਨੀਂਦਰੇ ਸੋਵੇਂਗਾ ਤੂੰ ਲੋਕਾਂ ਦੇਣੀ ਹੈ ਤੇਰੇ ਤੇ ਤਾਣ ਮਿੱਟੀ ਇਸ ਮਿੱਟੀ ਦੇ ਕੰਮ ਨਹੀਂ ਜਾਣਦਾ ਤੂੰ ਇਸਨੇ ਕੀਤੇ ਨੇ ਲੱਖਾਂ ਇਨਸਾਨ ਮਿੱਟੀ ਤੇ ਜਿਹਨਾਂ ਯਾਰਾਂ ਤੇ ਕਰਦਾ ਸਹਿਮਾਨ ਸਾਧਕ ਬੁੱਕਾਂ ਭਰ ਭਰ ਤੇਰੇ ਤੇ ਇਹ ਮਿੱਟੀ ਦੇ ਕੰਮ ਆਓ ਫਿਰ ਜ਼ਰਾ ਬੋਲ ਮਿੱਟੀ ਦਾ ਬਾਬੇ ਜਿਹੜੀਆਂ ਸੁਰਤਾਂ ਚੜ੍ਹਨ ਚ ਵਾਰਿਆ ਤੇ ਇੱਕ ਦਿਨ ਚਿਖਾ ਤੇ ਚੜ੍ਹਦੀਆਂ ਵੇਸੀਆਂ ਆਵਾਜ਼ ਭਾਜੀ ਜਦੋਂ ਪਹਿਲਾਂ ਇਹਨਾਂ ਦਾ ਬੈਲੈਂਸ ਕਰੋ ਜਿਹੜੀਆਂ ਸੁਰਤਾਂ ਚੜ੍ਹਨ ਚ ਵਾਰਿਆ ਤੇ ਇੱਕ ਦਿਨ ਚਿਖਾ ਤੇ ਚੜ੍ਹਦੀਆਂ ਵੇਸੀਆਂ ਚੁੱਪ ਚਾਪ ਸੋ ਜਾਣੀਆਂ ਗਿਆਰਿਆਂ ਤੇ ਮੂੰਹ ਸੀਨਾ ਕਰਦੀਆਂ ਵੇਖੀਆਂ ਜ਼ੁਲਫਾਂ ਅਦਰ ਦੇ ਤਿਲ ਲੱਗੇ ਤੇ ਵਾਂਗ ਘਾਸ ਦੇ ਸੜਦੀਆਂ ਵੇਖੀਆਂ ਛੱਜੂ ਰਾਮਾ ਜੋ ਲੱਦ ਜਹਾਨ ਗਈਆਂ ਤੇ ਮੁੜ ਕੇ ਪਿੰਡ ਨਾ ਬਣਦੀਆਂ ਵੇਖੀਆਂ ਤੇ ਮੁੜ ਕੇ ਸ਼ਹਿਰ ਨਾ ਬਣਦੀਆਂ ਵੇਖੀਆਂ ਹੋ ਬੋਲ ਮਿੱਟੀ ਦਿਆ ਆ
ਸਹੀ ਬਹੁਤ ਸਾਰਾ ਮਾਨ ਬਹੁਤ ਸਾਰਾ ਪਿਆਰ ਕੋਈ ਗੱਲ ਨਹੀਂ ਤੁਸੀਂ ਉੱਥੇ ਬੈਠ ਲਿਆ ਕਰੋ ਅੰਕਲ ਜੀ ਮੈਨੂੰ ਬੁਲਾ ਲਿਆ ਕਰੋ ਆਹ ਮੇਰੇ ਕੋਲ ਤਾਰ ਨਹੀਂ ਹੈਗੀ ਮੈਂ ਥੱਲੇ ਆ ਸਕਦੀ ਹਾਂ ਠੀਕ ਹੈ ਤੁਸੀਂ ਇਹਨੇ ਔਖੇ ਹੋ ਗਏ ਨਾ ਉਹ ਮੈਂ ਆ ਸਕਦੀ ਹਾਂ ਬੂਹੇ ਅਗੇ ਲਾਵਾ ਤੇਰੀਆਂ ਉਹ ਗੱਲਾਂ ਕਰ ਕਰ ਹਾਂ ਤੇਰੀਆਂ ਮੇਰੀਆਂ ਉਹ ਮੈਨੂੰ ਸ਼ਕਲ ਦਿਖਾ ਜਾ ਆ ਜਾਈਓ ਤਾੜੀਆਂ ਖੁੱਲ੍ਹ ਕੇ ਮਾਰ ਦਿਆ ਗੁਰੂ ਜਿਲ੍ਹਾ ਕਿਉਂਕਿ ਕਲਾਕਾਰ ਸਿਰਫ ਤਾੜੀਆਂ ਦੀ ਬਦੌਲਤ ਹੀ ਹੈ ਕਿਉਂਕਿ ਤੁਸੀਂ ਇੰਨਾ ਪਿਆਰ ਦਿੰਦੇ ਹੋ ਹਰਮਨ ਅਤੇ ਜ਼ਰਮਨ ਨੂੰ ਕਿ ਵੇਖ ਫਰੀਦਾ ਮਿੱਟੀ ਖੁੱਲ੍ਹੀ ਮਿੱਟੀ ਉੱਤੇ ਜਦ ਮਿੱਟੀ ਡੁੱਲੀ ਮਿੱਟੀ ਹੱਸੇ ਅਤੇ ਮਿੱਟੀ ਰੋਵੇ ਅੰਤ ਮਿੱਟੀ ਦਾ ਮਿੱਟੀ ਹੋਵੇ ਕਿਉਂਕਿ ਇਨਸਾਨ ਦੀ ਹਕੀਕਤ ਜੀਵਨ ਦਾ ਸੱਚ ਹੈ ਮਿੱਟੀ ਦਾ ਬਾਵਾ ਕਹਿੰਦੀ ਕਿ ਸੋਡੀ ਗੱਲੀ ਬਾਤੀ ਵੱਡਾ
तेतों कौन सियाना सोडी गली बाती वड्डा तेतों कौन सियाना तू रब नू ना डक्का जाने तेरा की है ठिकाना टुट जाऊगी आकड़ तेरी वर्त गया जदों पाना फिर लाश तेरी नू मूर्ख बंदिया कुत्तियां मूंह नहीं लाना कुत्तियां मूंह नहीं लाना क्योंकि बंदा बंदा बन के रहे ता चंगा है बंदा बंदा बन के रहे ता चंगा है उस रब दे कोलों डर के रहे ता चंगा है बंद मुट्ठी विच इज्जत हुंदी है इज्जत उत्ते पर्दा रहे ता चंगा है बकरे दा कम मैं करना ते बंदा तू ही तू करदा रहे ता चंगा है किसे दे कोलों मंगना है मौत दे बराबर जानी शाह सरकार दे कोलों ही सरदा रहे ता चंगा है जानी शाह सरकार दे कोलों ही सरदा रहे ता चंगा है क्योंकि ये जिहड़ा मेला है ये मेला भैणां भाईआं दे नाल रिश्तेदारां दे नाल सुख दे कहिंदे कि मेला मेलियां दा यारां वेलियां दा रांझा भाईआं नूं छड के सी साथ होया ते हीर छड के साथ सहेलियां दा एक दिन असा परदेसियां ने भी तुर जाना कुंडा जिंदा मार के इन्हां हवेलियां दा कुंडा जिंदा मार के इन्हां हवेलियां दा कहिंदे कि मेरी मेरी जग ते ना कर मना मेरिया मेरी मेरी कहण वाला कोई ना रहा वो करदा है माण जिहड़ा दौलता जगीरां दा वरतन वाला जद ओही ना रहा मेरी मेरी जग ते ना कर मना मेरिया मेरी मेरी कहण वाला कोई ना रहा क्योंकि दुनिया चलो चली दा मेला दुनिया ते सब मुसाफिर बन के आए ने उस मालक दी मौज है कि सदा जिन्हों जिन्हों देना है टाइम दे मुताबिक पर बड़ा दुख लगता है कि अज साडे लुधियाने दे विच एक नौजवान मुंडा है कला कला सी तीन भैणां दा भरा जिहदी अज मौत होई है बड़ा मन नूं दुख लगता है कि मालक अगे पिछे तोड़ लवे तां गल अलग है पर अज रखड़ी दा त्यौहार सी बड़ा मन नूं दुख लग्या पर उहदी मौज है मालक दी क्योंकि तू देता है तो मेरा काम चलता है बाबा जानी शाह सरकार दे कोलों जिन्हां जिन्हां दे पल्ले भरे ने कोई हथ खड़े करके जरा जिन्हां दे पल्ले भरे ने मेरी सरकार ने कि तू देता है तो मेरा काम चलता है बाबा जानी शाह सरकार तेरे टुकड़ों पे मेरा खानदान पलता है क्योंकि इन्हां दरबारां दे नाल साडी आस्था जुड़ी हुई है साडियां मामा साडियां भैणां हर एक वीरबार नूं इस दरबार ते सजदा सलाम करन वास्ते आउंदियां क्योंकि हर एक अपनी अपनी अर्जी लगाउंदा पर मौज उस मालक दी है कि पहला अर्जी चकनी किहदी है क्योंकि इह जिहड़ा हरमन ते जर्मन संगीत परिवार है हर एक धर्म का सतिकार करता है ना हिंदू बुरा है ना मुसलमान बुरा है ना हिंदू बुरा है ना मुसलमान बुरा है ना गीता बुरी है ना कुरान बुरा है दिमाग में जो बैठा है वही शैतान बुरा है क्योंकि बंदे दे दिमाग दे विच ही गलत ख्याल आते हैं कि हिंदू मुस्लिम सिख ईसाई एक ही रब दे बंदे हिंदू मुस्लिम सिख ईसाई एक ही रब दे बंदे खुशी गमी ते होण इकट्ठे छड दे कम ते तंदे सो जिवें अज दाता जी बाबा जानी शाह सरकार दी मेले दी खुशी सी कईआं ने अपने कम तंदे टाइम सिर छड के आए ने मेरे वीर जिहड़े इस दरबार दे नाल जुड़े होए ने प्रबंधक कमेटी दे मैंबर जिहड़े तनो मनो सेवा करदे ने और संगत जिन्हां दे वल्लों एक एक रुपया इस पवित्र स्थान वास्ते दिता है दाता जी जानी जान है दाता जी सब दियां कमाइयां च बरकतां पाण सब दे घरां दे विच तंदरुस्तियां लैके आण सो आओ दाता जी दे चरणां च इसे तरह आप सब दी नज़र हरमन ते जरमन जगारा पीर बाबा जानी शाह जी का बोल साजे दरबार की Thank you.
जगर अपने अपने गुरु महाराज का बोल साजे दरबार की जय। दिल पे जख्म खाते हैं जान से गुजरते हैं। शुक्र है ताड़ी भी हड़ताल टुटी, कोई उधर भी उठ के इधर आया। जे हुण हड़ताल तोड़ी दी सारी कुर्सियां छड़ के इधर आयो, ताड़ी लाओ जरा इन्हां वास्ते। दिल पे जख्म खाते हैं जान से गुजरते हैं। दिल पे जख्म खाते हैं जान से गुजरते हैं। जुल्म से फितना है, जुल्म से फितना है। ਮਾਤੇ ਉਸ ਤੇ ਮੂੰਹ ਬਲਾਉਂਦਾ ਨਹੀਂ, ਯਾਰ ਬਲ ਜਾ ਮਾਤੇ ਉਸ ਤੇ ਮੂੰਹ।
ਵਜਦਾ ਤੇ ਉਹ ਸਾਹਮਣੇ ਵੀ ਆਉਂਦਾ ਨਹੀਂ ਰੱਬ ਵਜਦਾ ਤੇ ਉਹ ਸਾਹਮਣੇ ਵੀ ਆਉਂਦਾ ਨਹੀਂ ਰੱਬ ਵਜਦਾ ਤੇ ਉਹ ਸਾਹਮਣੇ ਵੀ ਆਉਂਦਾ ਨਹੀਂ ਦੋਵਾਂ ਵਿੱਚੋਂ ਕੋਈ ਮੈਨੂੰ ਡੋਬਦਾ ਨਾ ਦਾਤਾ थले बैठाता सारे नगर ने ही बुक किया जरा बह जाओ ऐदा भी नहीं भी गोदिया च बह जाओ कुर्सियां टूट जान कहते खड़े हो जाओ हम बहना आंदा सानू यार ने भी उंजता अखीरी कार छड़ी है 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 रहती सी ओ जेड़ी तकदीर कार छड़ी है रहती सी ओ जेड़ी तकदीर कार छड़ी है रहती सी ओ जेड़ी तकदीर कार छड़ी है ਸਿੱਧੂ ਮੂਸੇ ਵਾਲੇ ਦੇ ਫੈਨ ਬੋਲ ਕੇ ਦੱਸ ਅਜੇ ਗਾਉਂਦਾ ਵੀ ਹੈ ਗਾਉਂਦਾ ਵੀ ਹੈ ਤਾੜੀ ਲਾਓ ਜਰਾ ਇਹਦੇ ਵਾਸਤੇ ਸੁਣਾ ਦੋ ਫਿਰ ਬੰਦ ਕਰ ਲਓ ਭਾਜੀ ਬੱਚਾ ਕਨਫਿਊਜ਼ ਨਾ ਕਰੋ ਧੀ ਸਰਦਾਰਾਂ ਦੀ ਹੈ ਝੜਤ ਵੀ ਪੂਰੀ ਹੈ ਗਾਉਂਦਾ ਹੈ ਡਰਦਾ ਬਹੁਤ ਤੂੰ ਤਾਂ ਡਰ ਹੀ ਗਿਆ ਤਾੜੀ ਵਜਾਓ ਉਹਦੇ ਉਹਦੇ ਜਿਹਦੀ ਟੀ ਸ਼ਰਟ ਪਾਈ ਆ ਉਹ ਤਾਂ ਡਰਦੇ ਨਹੀਂ ਸੀ ਤਾਂ ਡਰ ਹੀ ਗਿਆ ਤਾਂ ਕੋਈ ਨਹੀਂ ਧੀ ਸਰਦਾਰਾਂ ਦੀ ਆ ਚੜਤ ਵੀ ਪੂਰੀ ਆ ਮੜਕ ਵੀ ਪੂਰੀ ਆ ਤੇ ਭੜਕ ਵੀ ਪੂਰੀ ਆ ਧੀ ਸਰਦਾਰਾਂ ਦੀ ਆ ਚੜਤ ਵੀ ਪੂਰੀ ਆ ਮੜਕ ਵੀ ਪੂਰੀ ਆ ਤੇ ਭੜਕ ਵੀ ਪੂਰੀ ਆ ਧੀ ਸਰਦਾਰਾਂ ਦੀ ਆ ਚੜਤ ਵੀ ਪੂਰੀ ਆ ਮੜਕ ਵੀ ਪੂਰੀ ਆ ਤੇ ਭੜਕ ਵੀ ਪੂਰੀ ਆ ਧੀ ਸਰਦਾਰਾਂ ਦੀ ਆ ਚੜਤ ਵੀ ਪੂਰੀ ਆ ਮੜਕ ਵੀ ਪੂਰੀ ਆ ਤੇ ਭੜਕ ਵੀ ਪੂਰੀ ਆ ਮੇਰੇ ਕੋਲ ਪਵਾ ਨਾ ਕਿਤੇ ਨਹੀਂ ਆ ਜੱਗ ਜੱਗ ਬਾਹਾਂ ਵਿੱਚ ਚੋਰ ਬੁੱਕ ਦੇ ਕੱਟੀ ਜਾਣੇ ਮੋਰ ਦੀ ਬੰਦੂਕ ਮਾਰ ਕੀ ਇੱਕ ਵਾਰ ਕਮਰਾ ਦੇ
सरकार ही खुदा है। मैं यार
ਦੀ ਕਿਸਮਤ ਦੀ ਕਰੀ ਇਹੋ ਫੈਸਲਾ ਕਰ ਅਸਾਂ ਰਹਿਣਾ ਨਹੀਂ ਓ ਤੇਰੇ ਕੋਲ ਵਣੂ ਬਾਬਾ ਰੱਖ ਬਾਬਾ ਰੱਖ ਬਾਬਾ ਰੱਖ ਬਾਬਾ ਸਾਨੂੰ ਜਵਾਨ ਵਿੱਚ ਰੱਖ ਬਾਬਾ ਰੱਖ ਬਾਬਾ ਸਾਨੂੰ ਆਪਣੇ ਮਾਰ ਵਿੱਚ ਰੱਖ ਬਾਬਾ ਤੇਰੇ ਜਿਹਾ ਸੋਹਣਾ ਵੀਰ ਵੇਖੀ ਆਨੰਦ ਕਿਆ ਤੇਰੇ ਜਿਹਾ ਸੋਹਣਾ ਵੀਰ ਵੇਖੀ ਆਨੰਦ ਕਿਆ ਤੇਰੇ ਜਿਹਾ ਸੋਹਣਾ ਵੀਰ ਵੇਖੀ ਆਨੰਦ ਕਿਆ ਵੱਡੇ ਵੱਡੇ ਸ਼ਾਹਾਂ ਨੂੰ ਤੂੰ ਪੈਰਾਂ ਵਿੱਚ ਦੋਸਤਾਂ ਦੇ ਵੱਲੋਂ ਫਰਮਾਇਸ਼ਾਂ ਸ਼ੁਰੂ ਹੋ ਗਈਆਂ ਕਿ ਕਾਲੀ ਐਨਕ ਨਾ ਲਾਇਆ ਕਰ ਤੂੰ ਪਹਿਲਾਂ ਹੀ ਸੋਹਣੀ ਹੈ ਕਿਉਂਕਿ ਇਹਨਾਂ ਨੇ ਤਾਂ ਮਜ਼ਾਕ ਦੇ ਵਿੱਚ ਸਿਰਫ ਉਹ ਸਥਾਈ ਬੋਲੀ ਸੀ ਪਰ ਸਾਨੂੰ ਕੀ ਪਤਾ ਤੁਹਾਡੇ ਵਰਗੀਆਂ ਰੂਹਾਂ ਨੇ ਇਹ ਸਥਾਈ ਨੂੰ ਹੀ ਪਾਪੂਲਰ ਕਰ ਦੇਣਾ ਕਿਉਂਕਿ ਹਰਮਨ ਅਤੇ ਜਰਮਨ ਇਹ ਜਿਹੜਾ ਸੰਗੀਤ ਪਰਿਵਾਰ ਹੈ ਸਿਰਫ ਇਹ ਧਾਰਮਿਕ ਹੀ ਕਰਦਾ ਨਹੀਂ ਤਾਂ ਅੱਜ ਕੱਲ੍ਹ ਦਾ ਜਿਹੜਾ ਪੰਜਾਬੀ ਸਾਡਾ ਸੱਭਿਆਚਾਰ ਸਾਡਾ ਅਮੀਰ ਵਿਰਸਾ ਹੈ ਅਲੋਪ ਹੁੰਦਾ ਜਾ ਰਿਹਾ ਪਿੱਛੇ ਜੇ ਇੱਕ ਗੀਤ ਆਇਆ ਸੀ ਕਿ ਜਦ ਤੁਰਦੀ ਮੜਕ ਦੇ ਨਾਲ ਅਤੇ ਜੁੱਤੀ ਚੂੰ ਚੂੰ ਕਰਦੀ ਆ ਪੁੱਛਣ ਵਾਲਾ ਹੋਵੇ ਭਲਿਆ ਲੋਕਾਂ ਜੁੱਤੀ ਆ ਕਿ ਕੁੱਤੀ ਆ ਜਿਹੜੀ ਚੂੰ ਚੂੰ ਕਰਦੀ ਆ ਮਿੱਤਰਾਂ ਦੀ ਅੱਖ ਅੱਜ ਲਾਲ ਆ ਬੰਦਾ ਬੁੰਦਾ ਮਾਰਨਾ ਤਾਂ ਦੱਸ ਦੇ ਦੇਖੋ ਬਾਈ ਜੀ ਗਾਣੇ ਕਿੱਦਾਂ ਦੇ ਆ ਰਹੇ ਯਾਰ ਹੈਨਾ ਯਾਰ ਤੇਰਾ ਘੋੜੇ ਵਰਗਾ ਤੂੰ ਰਾਜੀ ਰਹਿ ਮੁੰਡੇ ਆ ਰਹੇ ਇੱਕ ਦੂਰਦਰਸ਼ਨ ਦੇ ਗੀਤ ਆਇਆ ਸੀ ਜੇ ਤੂੰ ਸੋਹਣੀਏ ਬਲੂੰਗੜਾ ਲਿਜਾਣਾ ਨਹੀਂ ਸਾਡੇ ਘਰੇ ਬਿੱਲੀ ਸੂਈ ਆ ਦੇਖੋ ਕਿੱਦਾਂ ਦੇ ਗਾਣੇ ਆ ਰਹੇ ਆ ਕੁਦਰਤੀ ਹੈ ਬਾਈ ਜੀ ਸਾਡੇ ਦਿਲ ਦਾ ਨਾਮ ਦਿਲ ਹੈ ਜੇ ਕਿਤੇ ਦਿਲ ਦੀ ਥਾਂ 'ਤੇ ਦਿਲ ਦਾ ਨਾਮ ਆਂਡਾ ਹੁੰਦਾ ਤਾਂ ਕਲਾਕਾਰਾਂ ਨੇ ਕਿੱਦਾਂ ਗਾਣਾ ਸੀ ਪਹਿਲਾਂ ਆ ਗਿਆ ਬਾਈ ਗੀਤਾ ਜੈਲਦਾਰ ਤੈਨੂੰ ਆਂਡਾ ਤਾਂ ਦੇ ਦਈਏ ਤੂੰ ਰੌਲਾ ਪਾ ਦੇਣਾ ਫਿਰ ਆ ਗਿਆ ਬਾਈ ਦਲਜੀਤ ਦੋਸਾਂਝ ਟੁੱਟ ਜੂ ਤੜਕ ਕਰਕੇ ਨੀ ਆਂਡਾ ਤੇਰਾ ਟੁੱਟ ਜੂ ਤੜਕ ਕਰਕੇ ਫਿਰ ਆ ਗਿਆ ਬਾਈ ਬੱਬੂ ਮਾਨ ਆਂਡਾ ਤਾਂ ਪਾਗਲ ਹੈ ਦੋ ਘੜੀਆਂ ਰੋਕੇ ਚੁੱਪ ਕਰ ਜੂ ਫਿਰ ਹੰਸ ਰਾਜ ਹੰਸ ਓਏ ਸਾਡਾ ਆਂਡਾ ਚੋਰੀ ਹੋ ਗਿਆ ਓਏ ਕੀ ਕਰੀਏ ਕੀ ਕਰੀਏ ਇਸੇ ਕਰਕੇ ਮੰਦਿਰ ਢਾਹ ਦੇ ਮਸਜਿਦ ਢਾਹ ਦੇ ਜੋ ਕੁਛ ਟਹਿੰਦਾ ਪਰ ਇੱਕ ਬੰਦੇ ਦਾ ਦਿਲ ਨਾਲ ਢਾਵੀਂ ਸੱਜਣਾ ਰੱਬ ਦਿਲਾਂ ਵਿੱਚ ਰਹਿੰਦਾ ਕਿਉਂਕਿ ਜੱਗ ਜਿਉਂਦਿਆਂ ਦੇ ਮੇਲੇ ਹੈ ਹੱਸਦੇ ਖੇਡਦੇ ਰਹੋ ਦਾਤਾ ਜਾਨੀ ਸ਼ਾਹ ਸਰਕਾਰ ਇਸੇ ਤਰ੍ਹਾਂ ਇਸ ਨਗਰ ਖੇੜੇ ਨੂੰ ਹੱਸਦਾ ਵਸਦਾ ਰੱਖੇ ਇਸੇ ਤਰ੍ਹਾਂ ਇਹ ਮੇਲੇ ਇੱਥੇ ਦੀ ਪ੍ਰਬੰਧਕ ਕਮੇਟੀ ਹੈ ਸਾਡੇ ਤੋਂ ਵੀ ਵਧੀਆ ਵਧੀਆ ਫਨਕਾਰਾਂ ਨੂੰ ਇਸ ਮੰਚ 'ਤੇ ਬੁਲਾ ਕੇ ਅਪ ਸਭ ਦਾ ਐਂਟਰਟੇਨਮੈਂਟ ਕਰਵਾਉਂਦੇ ਰਹਿਣ ਦਾਦਾ ਜੀ ਦੇ ਨਾਮ ਦਾ ਗੁਣਗਾਨ ਕਰਵਾਉਂਦੇ ਰਹਿਣ ਔਰ ਤੁਸੀਂ ਦੇਖ ਲਿਆ ਕਿ ਜਿੰਨਾ ਵੀ ਸਮਾਂ ਹੋ ਗਿਆ ਹਰਮਨ ਅਤੇ ਜਰਮਨ ਇਸ ਮੰਚ ਤੋਂ ਗਾ ਰਹੀਆਂ ਨੇ ਕੋਈ ਕਾਪੀ ਨਹੀਂ ਕੋਈ ਕਿਤਾਬ ਨਹੀਂ ਸਾਰੀ ਇਹਨਾਂ ਪੀਰਾਂ ਦੀ ਕਰਾਮਾਤ ਹੈ ਕਿਉਂਕਿ 5 ਸਾਲ ਦੀ ਉਮਰ ਦੇ ਵਿੱਚ ਬੱਚੇ ਨੂੰ ਸਹੀ ਤਰੀਕੇ ਨਾਲ ਬੋਲਣਾ ਵੀ ਨਹੀਂ ਆਉਂਦਾ
ਜਦੋਂ ਇਹਨਾਂ ਦੋਨਾਂ ਭੈਣਾਂ ਦਾ ਸਟਰਗਲ ਸ਼ੁਰੂ ਹੋਇਆ ਸੀ 5-5 ਸਾਲ ਦੀ ਉਮਰ ਸੀਗੀ ਇਹਨਾਂ ਦੀ ਇਹਨਾਂ ਦੇ ਫਾਦਰ ਸਾਹਿਬ ਦਾ ਬਹੁਤ ਸਟਰਗਲ ਸੀ ਐਕਟਿਵਾ 'ਤੇ ਲੈ ਕੇ ਜਾਣਾ ਮੇਲਿਆਂ ਦੇ ਵਿੱਚ ਪਰ ਅੱਜ ਉਸ ਮਾਲਕ ਨੇ ਐਸੀ ਕਿਰਪਾ ਕੀਤੀ ਹੈ ਕਿ ਤੁਹਾਡੀ ਵਰਗੀਆਂ ਰੂਹਾਂ ਦੇ ਦਰਸ਼ਨ ਦੀਦਾਰ ਕਰਨ ਨੂੰ ਮਿਲਦੇ ਨੇ ਇੱਕ ਵਾਰੀ ਆਪਣੇ ਨਗਰ ਖੇੜੇ ਵਾਸਤੇ ਤਾੜੀ ਮਾਰ ਦਿਓ ਖੁੱਲ੍ਹ ਕੇ ਜ਼ਰਾ ਸੋ ਆਓ ਦੋਸਤਾਂ ਦੀ ਫਰਮਾਇਸ਼ ਹੈ ਕਿ ਕਾਲੀ ਐਨਕ ਨਾ ਲਾਇਆ ਕਰਦੇ ਪਹਿਲਾਂ ਹੀ ਸੋਹਣੀ ਹੈ ਆਓ ਜੀ ਹਰਮਨ ਅਤੇ ਜਰਮਨ ਅੱਖਾਂ ਐਨਕਾਂ ਦੋਨੇ ਸਹੀ ਨੇ ਨਾ ਕਿਸੇ ਨੂੰ ਆਈਸ ਫਲੂ ਤਾਂ ਨਹੀਂ ਹੋਇਆ ਸੀ ਹਾਂ ਇਹ ਵੀ ਪੁੱਛਣਾ ਜ਼ਰੂਰੀ ਹੈ ਭਰਾਵਾ ਤੁਹਾਡੀਆਂ ਤਾਂ ਨਹੀਂ ਐਨਕਾਂ ਏਦਾਂ ਤਾਂ ਨਹੀਂ ਲੱਗਦਾ ਵੀ ਮੈਂ ਹੋਸਪਿਟਲ ਆਈ ਹਾਂ ਹਲੇ ਹਲੇ ਜੇ ਕਹਿੰਦਾ ਪੀਰ ਬਾਬਾ ਜਾਨੀ ਸ਼ਾਹ ਜੀ ਦਾ ਬੋਲ ਸਾਚੇ ਦਰਬਾਰ ਕੀ ਜਰਮਨ ਵਾਲਾ ਦੇਖ ਜਰਮਨ ਏਦਾਂ ਲੱਗਦੀ ਆ ਬਿਲਡਿੰਗ ਵਾਲੀ ਦੁਕਾਨ ਤੇ ਲੱਗੀ ਹੁੰਦੀ ਕਿਹਨਾਂ ਕਿਹਨਾਂ ਨੇ ਸੁਣਨਾ ਕਾਲੀ ਐਨਕ ਨਾ ਲਾ ਕਰ ਪਹਿਲਾਂ ਹੀ ਸੋਹਣੀ ਹੈ ਸਾਰਿਆਂ ਨੇ ਤਾੜੀ ਲਾ ਕੇ ਦਿਖਾਓ ਮੇਰੇ ਸਾਈਆਂ ਵੇ ਪਹਿਲਾਂ ਤਾੜੀ ਲਾਓ ਸਾਡੇ ਚਾਚਾ ਜੀ ਵਿੱਕੀ ਬਾਦਸ਼ਾਹ ਜੀ ਵਾਸਤੇ ਜਰਾ ਖੁੱਲ੍ਹ ਕੇ ਵਜਾਓ ਦਾਦੀ ਉਹ ਅਮਰ ਆਵਾਜ਼ ਉਹ ਸਿਰਫ ਆਵਾਜ਼ ਨੇ ਅਮਰ ਇੱਧਰ ਨੇ ਅਮਰ ਭਾਅ ਵਾਸਤੇ ਤਾੜੀ ਲਾਓ ਜਰਾ ਵਜਾਓ ਤਾੜੀ ਸਾਡੇ ਅਮਰ ਭਾਅ ਵਾਸਤੇ ਸੋਹਣਾ ਦੇ ਹਿੱਟ ਗਾਣੇ ਇਹ ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ ਜਦੋਂ ਬੰਨਿਆ ਜਾਂਦਾ ਗਾਣਾ ਨਹੀਂ ਹੋ ਜਾਂਦਾ ਯਾਰ ਮੇਰੇ ਸ਼ਹਿਨਸ਼ਾਹ ਮੈਨੂੰ ਕੁੱਤਿਆਂ 'ਚ ਰੱਖ ਲੈ ਆਓ ਜਰਾ ਉਹਨਾਂ ਦਾ ਹੀ ਸਾਈਆਂ ਦੇ ਸਾਈਆਂ ਵੇ Thank you.
मैं कहना उदो बजना बिना कहे नहीं बजना काली ऐनक ना लाया करनी तू पहला ही सोनिया रोला रूड़ा पा के दसो मैं ता पूरा गावा होर जी स्लो ही हो गए तुसी ना ए ना होवे मैं इत्थे गा देवा मुड़ के तुसी मेरी वीडियो थले कमेंट करो दरगाह ते गा गई इदा कर गई ओदा करता बाचो लिख देते मारती फुकरी बाचो इत्थे मेनू पता विचो ही लिख देंदे यही गल्ला मारती फुकरी तुसी बैठे में रोला पा के दसो ना मेनू लाइव वाले क्लिप कट लियो ही चज नाल इधर ले काली ऐनक ना लाया करनी तू पहला ही सोनिया काली ऐनक ना लाया करनी तू पहला ही सोनिया काली ऐनक ना लाया करनी तू पहला ही सोनिया काली ऐनक ना लाया करनी तू पहला ही सोनिया तेरियां अखां तेरा रुख तका तेरियां ऐनियां सोनिया अखां अखां विच ना तोंदे रखां अखां क्यों छुपोनिया अखां क्यों छुपोनिया काली ऐनक ना लाया करनी तू पहला ही सोनिया मैनू कल फरमाइश की ताजी मेनू नचायो आ जा भाई काली ऐनक ना लाया करनी तू पहला ही सोनिया ओ काली ऐनक ना लाया करनी तू पहला ही सोनिया काली ऐनक ना लाया करनी तू पहला ही सोनिया काली ऐनक ना लाया करनी तू पहला ही सोनिया ब्यूटी पार्लर ना जाया करनी तू पहला ही सोनिया ओ ब्यूटी पार्लर ना जाया करनी तू पहला ही सोनिया बॉडी मेकअप ना लाया करनी तू पहला ही सोनिया ओ I'm gonna be your shelter.
मार दिया गुरु जी। थैंक यू थैंक यू। आओ जी, सोने दे सिक्के चार दे, जुत्ते फकीर दे, शेरां दे थप्पड़ मार दे, कुत्ते फकीर दे। बाबा जानी शाह सरकार दे चरणा दे विच बड़े अदब दे नाल तुसीं बैठ के सारे अज दी महफल का आनंद उठा रहे हो, और हरमन जर्मन संगीत परिवार का साथ दे रहे हो, बहुत सारा प्यार बहुत सारा मान दे रहे हो। अब सब का तहे दिल धन्यवाद। साओ अगली हाजरी के नाल हरमन जर्मन। सोने दे सिक्के चाड़ी दे, जुत्ते फकीर दे, सोने दे सिक्के चाड़ी दे, जुत्ते फकीर दे। थप्पड़ी मारी दे, जद कहना होगा कुत्ते फकीर दे, सोने दे सिक्के चार 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 दे, कुत्ते फकीर दे। Thank you.
जाता अल्लाह भी आशिक हो जाता अल्लाह भी आशिक हो जाता अल्लाह भी आशिक हो जाता उस फकीर दे 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 Thank you.
चेते करी करी रोना मगरो 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 हसना चका लगदा ए पतनी को कमरा चढ़ा के रचना चंगा
एक बार मामा वास्ते ताली मार दो खुल के जरा, जेडे मामा नू प्यार करते ने कि सारी उम्र नहीं दे सकते पुत करजे मामा दे, सारी उम्र नहीं दे सकते पुत करजे मामा दे, खून का रिश्ता भुल जाते ने कुछ सके भरावां दे, सारी उम्र नहीं दे सकते पुत करजे मामा दे, छोटे हुंदिया उंगली फड़ के तुरना जिन्हें सिखाया, गिली थां ते आप हपेंदी सुक्की थां ते सानू पाया, जिमें रुखां नाल हुंदे ने पर शामे शामा दे, सारी उम्र नहीं दे सकते पुत करजे मामा दे, सारी उम्र नहीं दे सकते पुत करजे मामा दे। पंज दरियावां दी धरती जिथे छेवां दरिया नशियां दा दरिया चल रहा है, सो अक्सर देखने को मिलता है कि नौजवान मुंडे जिहड़े मेरे वीर नशे करते हैं, कई बार नशा ज़्यादा करन करके अपने माँ प्यो ते भी हाथ चुकते हैं। अंकल जी सोशल मीडिया से देखते हैं, क्योंकि ये नशिया ने की दुनिया कमली ओए मित्रों, ये नशिया ने की दुनिया कमली ओए मित्रों, कई मामा दे पुत बन के देख लो अमली ओए मित्रों, क्योंकि अज कई भैन घरे भरावान उड़ीकदियां सी पर उन्होंने भरा घरे नहीं आए, क्योंकि नशे करके कितने डिगे हुए पे सी, पर बड़ा मन दुख लगता है कि जदों हरमन ते जरमन संगीत परिवार असी लुधियाने चो निकलते हैं ना, अक्सर कोई ना कोई वाक्य ऐसा होंदा है कि किसी ना किसी के बजुर्ग माँ प्यो जां तां सानू पैसे मंगते नज़र आए फुटपाथां ते, जां बेचारे बस अड्डियां ते बैठे देखने मिले है। बड़ा मन नूं दुख लगता है कि वह औलादां बड़ियां नाभागियां ने कि जिहड़े अपने माँ प्यो की सेवा के बजाय उन्होंने सड़कां ते धक्के खाण वास्ते छड्डिया, क्योंकि इन्हां दरगाहां दे विच जाके उन्होंने बड़ी सुखना दे नाल मंगिया कि इन्हां पुत्तां दीआं मापे सौ सौ सुखां ने मनाउंदे, थां थां वढदे नियाजां, थां थां मत्थे ने कसाउंदे, वड्डी हो के औलाद जदों ढिड ना भरे उस वेले दस रब्बा मां बाप की करे, उस वेले दस रब्बा मां बाप की करे। क्योंकि हरमन ते जरमन अगला जिहड़ा गीत आप सबने नाल गाण जा रही है, स्वर्गीय सुरजीत बिंद रखिया, मां मैं मुड़नी पेके आउणा ते पेके हुंदे मामा दे नाल, क्योंकि जदों इन्हां ने अपनी गायकी का स्ट्रगल शुरू किया सी इस गीत की शुरुआत दे नाल कीता सी, क्योंकि जेड़ा इंसान अपना वक्त याद रखता है तो मालक उसनू याद रखता है, सो अज उस समय का गीत जेड़ा है गाया होया है, अज भी बहुत प्यार मिले है मातावां दे वल्लों भैणां दे वल्लों, उहदे विच एक माँ ते एक धी का जिक्र होया, उह जिक्र हरमन आप सबनू बयान करेगी, सो जिन्ना भी तुसी प्यार दिता सारी संगत ने आप सब का तय दिलो धन्यवाद करते हैं, और बहुत अच्छी साउंड है डिंपी साउंड, मेरा वीर अज कि गया हुआ है डिंपी भाजी को, रोशन आया सगा लुधियाने तो, बहुत प्यार मेरा वीर मनमोहन वारस भाजी के नाल इकट्ठे ने काम किया है, सो अज इस मंच से जो भी हैं हरमन जरमन तुहाडे प्यार तुहाडे आशीर्वाद सदके सौ लैके हाजिर आप सब की नज़र, मां मैं मुड़नी पेके आना ते पेके होंदे मामा नाल, आओ जी जिकर अपनी अपनी मां दा बोल सच्चे दरबार की जय, दरबार की जय। सो मां मैं मुड़नी पेके आना पेके होंदे मामा नाल, क्योंकि इस गीत दे विच इक मां ते इक धी दी गल है, जदों एक कुड़ी दा विआह हो जांदा अपने पेकियां तो सहुरियां सहुरियां तो वापस जदों कुछ क साल बाद पेकियां आउंदी है की देखती है, गल तो करन दो ताड़ी बाद चो ला दे, की देखती है कि उन्होंने उहदी मां नहीं मिलती, मां की फोटो जरूर मिलती है, तो फिर वो कुड़ी
एक धी फोटो नु देख के की कहंदी है सो आओ जरा गीत राही दसी कबीरा बिचों बानी माए दुख सुख ती नाली फाली माए आ माता में आमा माए आ माता में आमा माए आमा के नियम जमाना माँ मैं मुड़ी नी पेके पेके होंदे मावाना कबीरा बिचों बोली माए दुख सुख ती नाल बोली माए कबीरा बिचों बोली माए दुख सुख ती नाल बोली माए कबीरा बिचों बोली माए दुख सुख ती नाल I'm gonna make it.
रखड़ी दिल विच रीझ जाने अनमोल भैन वीर नूं बन्नदी रखड़ी मिश्री मन विच गुण वेख भैन दी रखड़ी दिल विच री जाने अनमो और साडे अंकल जसवीर कुलाल जी एक बार ताड़ी बजा दियो सो जिन्हां दा लिखिया ये गीत सी ते गाया सी दोवां ने आ ते हुण जिहड़े जिन्हां ने लिखिया सी कुलाल अंकल ने ते ओह इस दुनिया विच नहीं है सो उहनां वास्ते ताड़ी बणदी है क्योंकि जो भी उहनां दी बदौलत आ सी जे शायद वह ना होंगे तो असं भी ना ये प्लेटफॉर्म से होंगे ताड़ी लाओ जरा उन्होंने वास्ते क्योंकि जे वह होंगे असं तो कद दियाँ बाहर चले जाना सी ही सानू छड़ के चले गए फिर असं इतें ही हैं सो बहुत गल्लां ना करते हुए और वाली अंकल जी उन्होंने वास्ते भी ताड़ी बजाओ जरा ताड़ी बजा दो पहले ताड़ी बजाई ही जाते देख भैन दी रखड़ी दिल विच री जाने अनमोल भैन वीर नो बन दी रखड़ी मिश्री मन विच को देख भैन दी रखड़ी दिल विच री जाने अनमोल देख भैन दी रखड़ी दिल विच री जाने अनमोल देख भैन दी भैन
जिन्नी देर तो बैठे हो कि तुसी बहुत सारा प्यार दे रहे हो इन बच्चियों नूं, क्योंकि ये जिहड़े मेले हुंदे ने उन्हां फकीरां दी याद दे विच करवाए जांदे ने कि जिन्हां ने उस मालिक दे नाम दी बंदगी, मालिक दे नाम दी इबादत कीती होगी। क्योंकि अक्सर जाने असीं वड्डे वड्डे दरबारां ते, सो उत्थे गद्दी नशीन सानूं बहुत मिलदे आ, पर इह उह दरबार है कि जिथे मुख सेवादारी ने सारे प्रबंधक कमेटी, क्योंकि फकीरी बड़ी दूर की गल है कि वाहवा रमज फकीरा तेरी शहद गुड़े तो मिठी, वाहवा रमज फकीरा तेरी शहद गुड़े तो मिठी, आई जवानी ता हर कोई वेंदा पर जांदी किसे ना डिठी, की मुनियाद यो बंदिया तेरी ते तू आखिर होना मिट्टी, इश्क ने हर दम ताजा रहना ते भावें दाड़ी हो जाए चिट्टी, भावें दाड़ी हो जाए चिट्टी, क्योंकि जेडे उस मालिक नू इश्क करते नहीं कि ऐ इश्क जिन्हां नू लग जांदे ते सुक जांदे ने वांगर कानियां दी, ऐ इश्क जिन्हां नू लग जांदे ते सुक जांदे ने वांगर कानियां दे, कुछ सुक जांदे ते कुछ मुक जांदे, रहिंदे मार लैंदे लोक नाल तानियां दे, वजे इश्क दे ना छुटदे विधि चंदा ते कैदी छुट जांदे ने जेल खानिया दे, कैदी छुट जांदे ने जेल खानिया, क्योंकि जेडे इस मालक दरबार पीर बाबा जानी शाह सरकार दे इश्क दे विच वजे होए ने, तुसी लोग ओ बैठे हो जेडे संगीत नू प्यार करदे हो, ओ बैठे हो जेडे इस दरबार नू प्यार करदे ने, ओ बैठे ने, क्योंकि नहीं तां अक्सर लोग आंदे ने कलाकार देखते हैं कि कलाकार कितना था, कलाकार ने कपड़े कितना दे पाए, तो लंगर की बने, लंगर खाता दे चल गए, पर तुसी जिहड़े बैठे हो संगीत नू प्यार करने वाले बैठे हो, बाबा जानी शाह सरकार नू प्यार करने वाले बैठे हो, कोई अपने वास्ते भी ताड़ी मार दो, खुल के जरा खुल के ताड़ी मारिया करो जरा, क्योंकि दाता जी की इस निघी गोद दे विच जिहड़ा तुसी समा बैठे हो, तुसी लोग कर्मां वाले हो, भागां वाले हो, नहीं तो एक वो लोग ने जेड़े हॉस्पिटलों के बैडा से जागण रहे ने, एक वो लोग ने जेड़े हड़ा के कारण घरों बेघर होए जागण रहे ने,
एक वो लोग ने जिहड़े हवा लाता च जेलां च जागण डे आ। तुसी लोग बड़े भागां वाले हो, बड़े कर्मां वाले हो कि जे अज दी रात जाग रहे हो तो बाबा जानी शाह सरकार दे चरणां दे विच जाग रहे हो। तुसी लोग बड़े भागां वाले हो, मालिक दे चरणां च अरदास बेनती कोई करनी कि दाता जी जदों भी जागीए तो तेरे चरणां च जागीए, तेरे नाम सिमरन दे विच जागीए। और आओ दाता जी दे चरणां च, आप सब की नज़र एक दो हाजरियाँ होर, उस तो बाद आप सब तो लवेंगे इजाजत। आओ एक दो हाजरियाँ दे नाल आप सब की नज़र हरमन ते जरमन। जगरा पीर बाबा जानी शाह जी का बोल साजे दरबार की, क्योंकि सारे ने यूट्यूब ते देखिया होना कि जो साडे बर्थडे ते महफल कराई गई है तो उन्होंने लिख के पाया वा कि यह मुंडा कौन है जिदे गल आके हरमन रोई। सरप्राइज विजिट दिता ओ इधर मेरे वड्डे भाजी रवि कलेर जी, जरा ताड़ी लाओ इन्हां वास्ते, ताड़ी ला दियो। शुक्रिया। सो हुण साडे वड्डे भाजी ओ भी हाजरी लगवाणगे, सो तुसीं इन्हां नूं भी प्यार दिओ। आजो एंट्री लाओ जरा, बाद चो ज्यादा पहले एंट्री ला दो। 1 2 3 4 ताली मार दो जी एक बारी बच्चों के नाम से, क्योंकि कोई समा होता सी कि स्टेज के परे खड़े होंगे सी असी तो गाउन नू टाइम मंगते होंगे सी, कोई समा सी। अज दातियां दी मेहर है, तुसी इन्ना प्यार करते हो बच्चों नू, ताली मार दो बच्चों लई। मैं कुछ लैंना तुहानू सुना लगा, ये पास तुसी करनी है एक गाना तुहाडे वास्ते स्पैशल यारां वास्ते जिन्ने भरा बैठे आ। चंगे पलियां नू प्यार देयां चक्करां च पा के बड़ा तड़फाया हुण बस दीदा मेरिया, छड्ड दे तू लोकां कोल भेद खोलणे दिल दियां दिल विच रख दीदा मेरिया, कारी कारी चेते दिन रात रोवेगा तेनू समझौदा रहा लख दिल मेरिया, छड दे तू लोकां कोल भेद खोलने दिल दियां दिल विच रखी दिल मेरिया, छड दे तू लोकां कोल भेद खोलने दिल दियां दिल विच रखी दिल मेरिया, छड दे तू लोकां कोल भेद खोलने दिल दियां दिल विच रखी दिल मेरिया। सजना न प्यार दी कहानी कोई रच के चंदरिया लोकां कोलों रहना पैंदा बच के, चंदरिया लोकां कोलों रहना पैंदा बच के, लगने ना दिते सिरे ला दिते नजरां माड़ी इस दुनिया दी अख दिल मेरिया, छड दे तू लोकां कोल भेद खोलने दिल दिया दिल विच रख दिल मेरिया, छड दे तू लोकां कोल भेद खोलने दिल दिया दिल विच रख दिल मेरिया। गाना जिहड़ा ये बहुत औखा, असी गाना छड़ता
ਅਸੀਂ ਗਾਣਾ ਸਿਰਫ ਹੁਣ ਆਪਣੇ ਵਾਸਤੇ ਗਾਈਦਾ ਤੁਹਾਡੇ ਵਾਸਤੇ ਸਿਰਫ ਇਹ ਬੱਚੇ ਤਿਆਰ ਕੀਤੇ ਹੋਏ ਅਸੀਂ ਇਹ ਹਿੰਦੁਸਤਾਨ ਦਾ ਤੇਜ਼ਾਬ ਹੈ ਜਿਵੇਂ ਪਾਕਿਸਤਾਨ ਦਾ ਗਾਣਾ ਅਤੇ ਹਿੰਦੁਸਤਾਨ ਦਾ ਵਜਾਣਾ ਸਾਡਾ ਹਿੰਦੁਸਤਾਨ ਦਾ ਇਹ ਗਾਣਾ ਅਸੀਂ ਗਾਣਾ ਛੱਡਦਾ ਭਾਅ ਜੀ ਅੱਕ ਗਏ ਹਾਂ ਤਾਲੀ ਮਾਰ ਦਿਓ ਇੱਕ ਵਾਰੀ ਆਪਣੇ ਆਪਣੇ ਨਾਂ 'ਤੇ ਵੀ ਤਾਲੀ ਮਾਰ ਦਿਓ ਸ਼ੁਕਰੀਆ ਲਾਸਟ ਮੈਂ ਇੰਨਾ ਕਹਿਣ ਲੱਗਾ ਇਹ ਮਹਿਫਲ ਸਜੀ ਹੋਈ ਆ ਮਹਿਫਲਾਂ 'ਚ ਬਣੀ ਗਏ ਮਜ਼ਾਕ ਸਾਡੇ ਸੱਚ ਸੀ ਕਸਮਾਂ 'ਤੇ ਵਾਅਦੇ ਟੁੱਟੇ ਗਏ ਤਾਂ ਨੀ ਕੱਚ ਸੀ ਕਸਮਾਂ 'ਤੇ ਵਾਅਦੇ ਟੁੱਟ ਗਏ ਤਾਂ ਨੀ ਕੱਚ ਸੀ ਵੈਰੀਆਂ ਨੂੰ ਕਿਨੇ ਦਿੱਤੇ ਭੇਤ ਸਾਡੇ ਰਾਹਾਂ ਦੇ ਰਵੀ ਨੂੰ ਯਾਰਾਂ ਉੱਤੇ ਸ਼ੱਕ ਦਿਲ ਮੇਰਿਆ ਛੱਡ ਦੇ ਤੂੰ ਲੋਕਾਂ ਕੋਲ ਭੇਤ ਖੋਲਣੇ ਦਿਲ ਦੀਆਂ ਦਿਲ ਵਿੱਚ ਰੱਖ ਦਿਲ ਮੇਰਿਆ ਛੱਡ ਦੇ ਤੂੰ ਲੋਕਾਂ ਕੋਲ ਭੇਤ ਖੋਲਣੇ ਦਿਲ ਦੀਆਂ ਦਿਲ ਵਿੱਚ ਰੱਖ ਦਿਲ ਮੇਰਿਆ ਛੱਡ ਦੇ ਤੂੰ ਲੋਕਾਂ ਕੋਲ ਭੇਤ ਖੋਲਣੇ ਦਿਲ ਦੀਆਂ ਦਿਲ ਵਿੱਚ ਰੱਖ ਦਿਲ ਮੇਰਿਆ ਤਾਲੀ ਤੁਸੀਂ ਆਪਣੇ ਵਾਸਤੇ ਵਜਾ ਦਿਓ ਕਿਉਂਕਿ ਐਡੀ ਗਰਮੀ 'ਚ ਤੁਹਾਡੀਆਂ ਤਾਲੀਆਂ ਜਾਂ ਕਲਾਕਾਰਾਂ ਲਈ ਆਕਸੀਜਨ ਦਾ ਕੰਮ ਕਰਦੀਆਂ ਇੰਨੀ ਹਾਜ਼ਰੀ ਮੇਰੀ ਕਬੂਲ ਕਰਿਓ ਅਗਲੀ ਹਾਜ਼ਰੀ ਦੇ ਨਾਲ ਹਰਮਨ ਔਰ ਜਰਮਨ ਹੈਰੀ ਐਂਡ ਜੈਰੀ ਗਾਣਾ ਇੱਕ ਹੋਰ ਗਾਓ ਫਰਮਾਇਸ਼ ਆਈ ਆ ਅੱਗਿਓ ਇਹਨਾਂ ਨੇ ਗਾਈ ਜਾਣਾ ਮੇਰੇ ਮਗਰ ਇੱਥੇ ਹੀ ਆ ਤੁਸੀਂ ਇੱਦਾਂ ਕਰੋ ਸੈਂਟਰ 'ਚ ਬਹਿ ਜਾਓ ਦੇਖੀ ਜਾਇਓ ਹੁਣ ਗਾਣਗੇ ਮੈਂ ਵੀ ਗਾਊਂਗੀ ਇਹ ਵੀ ਗਾਣਗੇ ਦਮਾਦਮ ਮਸਤ ਕਲੰਦਰ ਕਿੰਨਾ ਸੋ ਫਰਮਾਇਸ਼ ਆਈ ਹੈ ਜਾਨੀ 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 ਸ਼ਾਹ ਜੀ ਸਫ਼ਰ ਮੈਂ ਸ਼ਾਹੀ ਹੈ ਜਾਨੀ ਜੀ ਦਾ ਗੀਤ ਕਿ ਜਾ ਮੁੜ ਜਾ ਪਾਗਲਾ ਵੇ ਨਹੀਂ ਜੀ ਨਹੀਂ ਜੀ ਜੋਤੀ ਨੂੰ ਰਲ ਜਾ ਮੁੜ ਜਾ ਪਾਗਲਾ ਵੇ ਜਾ ਮੁੜ ਜਾ ਘਰ ਪਾਗਲ ਆਲਾ ਅਸੀਂ ਰਹੇ ਨਾ ਜਾਨੀ ਵੇ ਹੁਣ ਤੇਰੇ ਕਬਲ ਇਹੀ ਵਾਲਾ ਇਹ ਮੈਂ ਬਾਅਦ 'ਚ ਸੁਣਾਉਣੀ ਪਹਿਲਾਂ ਤਾਂ ਮਾਤਾ ਮਸਤਕ ਲੈਂਦੇ ਕਹਿੰਦੇ ਜਿਹਨਾਂ ਦਾ ਵਿਆਹ ਹੋਵੇ ਘੋੜੀਆਂ ਵੀ ਉਹਨਾਂ ਦੀਆਂ ਗਾਈਦੀਆਂ ਵਾ ਪਹਿਲਾਂ ਉਹਨਾਂ ਬਾਰੇ ਫਿਰ ਮੈਂ ਸੁਣਾ ਦੂੰਗੀ ਜਿੱਦਾਂ ਤੁਸੀਂ ਕਹੋਗੇ ਠੀਕ ਹੈ ਜੀ ਲਾਲ ਮੇਰੀ ਲਾਲ ਮੇਰੀ ਪੱਤ ਰੱਖਿਆ ਬਲਾ ਜੁੜੇ ਲਾਲ ਲਾਲ ਮੇਰੀ ਪੱਤ ਰੱਖਿਆ ਬਲਾ ਜੁੜੇ ਲਾਲ
चुड़ा रोजा पीरा वे पीरा तेरा 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 चुड़ा रोजा Thank you.
ਸੋ ਫਰਮੈਸ਼ ਆਈ ਹੈ ਸਾਡੇ ਰੋਸ਼ਨ ਚਾਚੂ ਜੀ ਦਾ ਬ੍ਰੇਕ ਡਾਂਸ ਦਿਖਾਇਆ ਜਾਵੇ ਸਾਰਿਆਂ ਦਾ ਸਾਰਿਆਂ ਦਾ ਜਿਹਨਾਂ ਦੀ ਫਰਮੈਸ਼ ਹੈ ਕਰੀ ਤਾੜੀ ਲਾਓ ਜਨਾ ਸਾਰਿਆਂ ਦਾ ਨਹੀਂ ਤੁਹਾਡੇ ਬ੍ਰੇਕ ਡਾਂਸ ਦੀ ਆਈ ਹੈ ਬਸ ਫਰਮੈਸ਼ ਸਾਰੇ ਨੱਚਾ ਦੀਏ ਸਾਰੇ ਨੱਚਾਈਏ ਕਿ ਇਕੱਲੇ ਹੋ ਬਾਬਾ ਜਾਨੀ ਸ਼ਾਹ ਦਾ ਮੇਲਾ ਸਾਰੇ ਨੱਚਣ ਗਿਆ ਜੀ ਫਿਰ ਐਦਾਂ ਕਰਨੀ ਹੈ ਇੱਕ ਇੱਕ ਜਣਾ ਬਾਹਰ ਆਊਗਾ ਉਹ ਨੱਚੂਗਾ ਐਦਾਂ ਢੋਲ ਕੋ ਖੜ ਕੇ ਨਹੀਂ ਤਬਲੇ ਕੋ ਖੜ ਕੇ ਨਹੀਂ ਖੜੇ ਹੋ ਕੇ ਨੱਚਣਾ ਵਾ ਫੇਰ ਪਾਵਾਂ ਬਹਿ ਜੀ ਨਹੀਂ ਉਹਨਾਂ ਨੂੰ ਬੈਠੇ ਰਹਿਣ ਦਿਓ ਕਿਹਨਾਂ ਨੂੰ ਉਹ ਬੈਠ ਕੇ ਨੱਚ ਹਾਂ ਬੈਠ ਕੇ ਅਮਰ ਭਾਜੀ ਨੱਚ ਲੂਗੇ ਤੁਸੀਂ ਖੜੇ ਹੋ ਜੀ ਉਹ ਬੈਠੂ ਭੰਗੜਾ ਪਾਉਂਦੇ ਨੇ ਸਭ ਕੁਝ ਖੋ ਚੁੱਕੀ ਜਦ ਮੈਂ ਕਿਸੇ ਹੋਰ ਦੀ ਹੋ ਚੁੱਕੀ ਜਦ ਮੈਂ ਕਿਸੇ ਹੋਰ ਦੀ ਹੋ ਚੁੱਕੀ ਜਦ ਮੈਂ ਮੇਰਾ ਸਭ ਕੁਝ ਖੋ ਚੁੱਕੀ ਜਦ ਮੈਂ ਕਿਸੇ ਹੋਰ ਦੀ ਹੋ ਚੁੱਕੀ ਜਦ ਮੈਂ ਮੇਰਾ ਸਭ ਕੁਝ ਖੋ ਚੁੱਕੀ ਮੈਂ ਕਿਸੇ ਹੋਰ ਦੀ ਹੋ ਚੁੱਕੀ ਜਦ ਮੈਂ ਮੇਰਾ ਸਭ ਕੁਝ ਖੋ ਚੁੱਕੀ ਜਦ ਮੈਂ ਕਿਸੇ ਹੋਰ ਦੀ ਹੋ ਚੁੱਕੀ ਜਦ ਮੈਂ ਮੇਰਾ ਸਭ ਕੁਝ ਖੋ ਚੁੱਕੀ ਹੋਰ ਦੀ ਹੋ ਚੁੱਕੀ ਜਦ ਮੈਂ ਮੇਰਾ ਸਭ ਕੁਝ ਖੋ ਚੁੱਕੀ ਇਹ ਕੀ ਲੈ ਆਇਆ ਇਹ ਮੇਰੀ ਜ਼ਿੰਦਗੀ ਦੇ ਵਿੱਚ ਤੂੰ ਯਾ ਤਾਂ ਤੂੰ ਪਹਿਲਾਂ ਹੀ ਆ ਜਾਂਦਾ ਯਾ ਤਾਂ ਮੇਰੀ ਆਉਂਦਾ ਹੀ ਰਹੀ ਕਿਸ ਕੋਣ ਤੇ ਆਇਆ ਏ ਮੇਰੀ ਜ਼ਿੰਦਗੀ ਦੇ ਵਿੱਚ ਸੰਗੀਤ ਪਰਿਵਾਰ ਦੇ ਵੱਲੋਂ ਇੱਕ ਲਾਸਟ ਹਾਜ਼ਰੀ ਹੈ ਤਾਂਗਾ ਤੇਰੀਆਂ ਉਸ ਤੋਂ ਬਾਅਦ ਆਪ ਸਭ ਤੋਂ ਲਵਾਂਗੇ ਇਜਾਜ਼ਤ ਪਹਿਲਾਂ ਇਹਨਾਂ ਨੂੰ ਨਚਾ ਦਿਓ ਨਹੀਂ ਤਾਂ ਭਾਜੀ ਤੁਸੀਂ ਵਜਾਓ ਜਰਾ ਇਹਨਾਂ ਨੂੰ ਨਚਾਓ ਹਾਂਜੀ ਚਾਚਾ ਜੀ ਮਾੜਾ ਪਿੱਛੇ ਨੂੰ ਹੋਵੋ ਚਾਚਾ ਜੀ ਮੋਰ ਨੂੰ ਆਵੋ ਜਰਾ ਅਮਰ ਭਾ ਜਾਣਾ ਨਹੀਂ ਹੈ ਹਲੇ ਹਲੇ ਨਹੀਂ 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 ਹਾਂਜੀ ਆ ਜਾਓ ਕਹਿੰਦੇ ਕਾਲੀ ਇਹਨਾਂ ਦੇ ਦਵਾਰ ਤੋਂ ਲਾ ਦਿਓ ਕਾਲੀ ਇਹਨਾਂ ਨੂੰ ਲਾਉਣਾ ਹੈ ਹਾਂਜੀ
काली ऐनक ना लगा ऐनक अच्छा ऐनक लगे चाचा जी स्टेप याद कर दे सो अज इन्हां सारियां वास्ते जरा ताली लाओ जरा खोल के इन्हां ने अपना दिलों काम किया पहली बार इन्हां ने वधिया बजाया कि मेरा दिल करे इन्हां दी मैं तारीफ करां इन्हां वास्ते जरा ताली लाओ खोल के अमरपा अगे आइयो अगे आओ जरा पा अज जरा देखो इन्हां दी टी शर्ट भिजी पई है जिदा नहा नू के नहीं आए होंगे किसी फवारे थले खड़ाया होंदा ताली लाओ जरा इन्हां वास्ते उधर नीतू भाजी ये भी बड़ा नच नुच के काम करते हैं एक खून पसीने दी एक खून पसीने दी कमाई आ खून इधर होया हुंदा पसीना इधर होया हुंदा एक खून पसीने दी कमाई आ कि चाचू नू देख लो इधर ना मारा ही बह के वो पसीना आ जाओ ब्रेक डांस वाले सारा ही अपने दाज दा समान बजा रहे आ जी अमन जी और पंजाब दे बेहतरीन ढोल मास्टर और हैप्पी जी बैंड प्लेयर और शोक जी नीतू जी अमर जी शिवम जी सारे ने नचना इदा मैं मूं मूं वाला कोई काम नहीं हैगा बॉन्सर भावी ने जावा आ जाओ शहरी भाजर उत्ते तुसी मैं तो बटबट आंदे शहरी भा उत्ते आओ कहंदे बॉन्सर भी नचाने नहीं नहीं बॉन्सर कोई नहीं हैगा ए भाजी ने साडे ए ਭਰਾ ਨੇ ਬੌਂਸਰ ਨਹੀਂ ਹੈਗੇ ਆ ਜਾਓ ਭਾਜੀ ਜਰਾ ਉੱਪਰ ਸਟੇਜ ਤੇ ਇਹ ਦੂਸਰੇ ਨਾਲ ਬੌਂਸਿੰਗ ਤੇ ਜਾਂਦੇ ਆ ਤੇ ਜਦੋਂ ਤੇ ਇਹਨਾਂ ਨੂੰ ਪਿਆਰ ਕਰਨ ਲੱਗੇ ਨੇ ਤਾਂ ਨਾਲ ਆਉਂਦੇ ਆ ਆਓ ਜੀ ਕਾਲੀ ਐਨਕ ਨਾ ਲਾਇਆ ਕਰਨੀ ਤੂੰ ਪਹਿਲਾਂ ਹੀ ਸੋਹਣੀਆ ਕਾਲੀ ਐਨਕ ਨਾ ਲਾਇਆ ਕਰਨੀ ਤੂੰ ਪਹਿਲਾਂ ਹੀ ਸੋਹਣੀਆ ਕਾਲੀ ਐਨਕ ਨਾ ਲਾਇਆ ਕਰਨੀ ਤੂੰ ਪਹਿਲਾਂ ਹੀ ਸੋਹਣੀਆ ਕਾਲੀ ਐਨਕ ਨਾ ਲਾਇਆ ਕਰਨੀ ਤੂੰ ਪਹਿਲਾਂ ਹੀ ਸੋਹਣੀਆ ਆ ਜਾਓ ਤੁਹਾਡੀ ਵਾਰੀ 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 ਨੱਚਣ ਦੀ ਆਓ ਬਈ ਵਜਾਓ ਜਰਾ ਭਾਜੀ ਬਾਬਾ ਬੁੱਲੇ ਸ਼ਾਹ ਆਪਣੇ ਪੀਰੋ ਮੁਰਸ਼ਿਦ ਵਾਸਤੇ ਨੱਚਿਆ ਸੀ ਬਾਬਾ ਸ਼ਾਹ ਇਨਾਇਤ ਦੇ ਲਈ ਸਮਾਂ ਕਿ ਕਮਲਿਓ ਤੁਸੀਂ ਭਾਗਾਂ ਵਾਲੇ ਹੋ ਕਿ ਇਹਨਾਂ ਦਰਬਾਰਾਂ ਤੇ ਨੱਚਦੇ ਹੋ ਬਾਬਾ ਜਾਨੀ ਸ਼ਾਹ ਦੇ ਵਿਹੜੇ ਦੇ ਵਿੱਚ ਨੱਚਦੇ ਹੋ ਘਰੇ ਬੋਟੀਆਂ ਬਹੁਤ ਨਚਾਉਂਦੀਆਂ ਹਾਂ ਘਰੇ ਤਾਂ ਘਰ ਵਾਲੀਆਂ ਦੇ ਉਂਗਲਾਂ 'ਤੇ ਨੱਚਦੇ ਹੋ ਇੱਥੇ ਦਰਬਾਰ ਦੇ ਪੀਰਾਂ ਦੇ ਸ਼ਾਨ ਦੇ ਵਿੱਚ ਪੀਰਾਂ ਦੇ ਦਰਬਾਰ 'ਤੇ ਨੱਚਣਾ ਆਓ ਤੈਨੂੰ ਤੇਰੀ ਰੱਜੀ ਦੀ ਸਹੁੰ ਚੱਲ ਆ ਜਾ ਕਹਿੰਦਾ ਘਰੇ ਚਾਚੀ ਤੁਹਾਡੀ ਲੈ ਵੀ ਦੇਖ ਰਹੀ ਹੈ ਭਾਜੀ ਆ ਜਾਓ ਹੁਣ ਅਮਨ ਭਾਜੀ ਵੱਡੇ ਭੈਣ ਜੀ ਆ ਉਹਨਾਂ ਦੀ ਕਸਮ ਨਹੀਂ ਤੋੜ ਸਕਦਾ ਆ ਜਾਓ ਆ ਜਾਓ ਸਾਰੇ ਨੇ ਪਾਪਾ ਵੀ ਆ ਗਏ ਹੁਣ ਤਾਂ ਚਲੋ ਭਾਜੀ ਭਜਾਓ ਜਰਾ ਵਨ ਟੂ ਥ੍ਰੀ ਫੋਰ ਚਾਚੂ ਜੀ ਜਰਾ ਨੀਤੂ ਇਹ ਕਿਹੜਾ ਪਰਦੇਸੀ ਜਾਣਾ ਨਹੀਂ ਆ ਜਾ ਆ ਜਾ ਹੁੰਦਾ ਦਾ ਬੋਲੀ ਦਿਲ ਨੂੰ ਸੋਚ ਵਿਚਾਰ ਬੜੇ ਨੇ ਆ ਜਾ ਆ ਜਾ ਆ ਜਾ ਚਾਚੂ ਆ ਜਾ ਆ ਜਾ ਨੀਤੂ ਪਾ ਸਤਿ ਸ਼੍ਰੀ ਅਕਾਲ
थोड़ी फास्ट कर लो बीट। मामा पहले ही गया मामा जी बोली मामा जी अरे चाचू नहीं 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 बोली बोली बाचो बोली तेरे तेरी बाचो बारी नचना वा हैप्पी कहता ना नचना वा आ जा उधर नहीं तू बा नचना है चाचू आजो मामा जी ओहो एक कुड़ी कुड़ी ओ एक कुड़ी कुड़ी ओ वाला बजाओ हां दो बार मां के ता मामा वरदा और भैया नीतू भाजी नीतू भाजी आयो अमर जी तुसी बहुत बढ़िया क्योंकि एक फिल्म आई सी शान ओदे विच एक नचदा बहुत बढ़िया सी नाम अब्दुल है मेरा क्या सब की खबर रखता हूँ ओ डांस आज आओ शिवम जी आज हसना खेलना मन का चाल लिखिया बिच गुरबाणी राम नाम का किता क्या पुठा ते क्या सीता सारे नचे है जे नागिन ट्यून है तो थोड़ा वो मिलना पैना आओ जरा 1 2 3 स्टार्ट अच्छा जी कट ले हैप्पी बाद रवि बाद दोनों आ जाओ इधर आ जाओ दोनों भरा भरा तुसी कौन मैं तो निका तो बड़ी मतरा आ जाओ भाई बजाओ जरा ओ बजाओ ब्याह वाला बजाओ कोई मिल तो ਭੰਗੜਾ ਨਾ ਪਾਇਆ ਜਦੋਂ ਘਰੇ ਪੇਮੈਂਟ ਦੇਣੀ ਮੈਂ ਤੇਰਾ ਭੰਗੜਾ ਉਹ ਪਾਉਣਾ ਆ ਜਾ ਬੁਲੀ ਆ ਜਾ ਓਏ ਆ ਜਾ 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 ਤੁਹਾਡੇ ਤੇ ਪਾਪਾ ਦਾ ਆ ਜੀ ਲਾਸਟ ਦੇ ਵਿੱਚ ਪਾਪਾ ਜੀ ਉਧਰ ਮਾੜਾ ਜਿਹਾ ਚਾਚੂ ਨੇ ਤਾਂ ਤੁਸੀਂ ਭੰਗੜਾ ਪਾਉਣਾ ਉਹ ਕਹਿੰਦੇ ਮੈਂ ਸੁਣਨਾ ਨਹੀਂ ਪਾਣਾ ਆ ਜਾ ਪਾਪਾ ਤੇ ਚਾਚੂ ਤਾੜੀ ਲਾ ਕੇ ਰਵੀ ਰਵੀ ਚੁੰਮਰ ਨਹੀਂ ਨਹੀਂ ਭੰਗੜਾ ਭੰਗੜਾ ਬਣਾਉਣਾ ਭੰਗੜਾ ਵਾਲਾ नहीं भंगड़ा भंगड़ा Oh,
बोली पूरा 1 करोड़ का इनाम जीता है रवि। और बोली जी इधर आ चल अज ना 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 उधर नचिया ऐ करता रहना जेड़ा बंदे मातर उधर नच के दिखा भाई मेरा और तू नचेगा या ना इना जवाब दे हां या ना। हरमन एक कीड़ी डांस करूंगा कीड़ी डांस नहीं नहीं ये तो साफ पूछ लेना डांस करेंगे या नहीं बोली हेलो करूंगा ना सारे नचे या ना नचना तू भी पेमेंट लेनी है ना आओ जरा आ जा भाई नचाओ जरा इनू चल 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 1 2 3 4 आ जा कोई गल नहीं बह जा सारे नच पे है तुसी गाना लवाओ आ जाओ फिर केड़ा काली ऐनक ओके काली ऐनक ना लाया करनी तू पहले सोनिया काली ऐनक ना लाया करनी तू पहले सोनिया काली ऐनक ना लाया करनी तू पहले सोनिया काली ऐनक ना लाया करनी तू ਹੱਸਣਾ ਖੇਡਣਾ ਮਨ ਲਗਾ ਜਾ ਲਿਖਿਆ ਵਿੱਚ ਗੁਰਬਾਣੀ ਹੱਸਦਿਆਂ ਦੇ ਘਰ ਵਸਦੇ ਜੇ ਚੰਗਾ ਲੱਗਾ ਤਾਂ ਤਾੜੀ ਵਜਾ ਦਿਓ। ਔਰ ਬਿਲਕੁਲ ਲਾਸਟ ਕਵਾਲੀ ਦੇ ਨਾਲ ਕਿ ਤਾਂਗਾ ਤੇਰੀਆਂ ਆਓ ਹੁਣ ਤੁਸੀਂ ਵੀ ਸਾਰੇ ਬਹਿ ਜਾਓ ਬਹਿ ਕੇ ਸੁਣ ਲਓ ਲਾਸਟ ਸਾਦਰੀ ਹੈ ਸਾਡੇ ਵੱਲੋਂ तेरे नामे लग गईया सामा मेरिया कमली वर सोने तंग तेरिया तेरे नामे तेरे नामे तेरे नामे तेरे नामे तेरे नामे तेरे नामे नामे तेरे नामे की कह रहे हो की कह रहे तेरे नामे तेरे नामे तेरे नामे तेरे नामे तेरे नामे तेरे नामे नामे तेरे नामे तेरे नामे लग गया नामे लग
बुरा के हुण सानू माफ करो कार्ज हो गया सैनिक हाजरी कबूल करो जो बोलदे आ गाउंदे आ गलती होगी होवे बच्चे समझ के छोटियां भेणा समझ के माफ करियो जी जकारा पीर बाबा जानी शाह जी दा बोल सच्चे दरबार की सो एनी हाजरी हरमन जर्मन संगीत परिवार दी प्रवान करनी जी सारी संगत ने दरबार पीर बाबा जानी शाह सरकार दी अज इस वेड़े दे विच रौनकां लगी है और दाता जी इस तरह तुहाडे घरां दे विच भी रौनकां लांदे रहण और तुसीं हरमन जर्मन संगीत परिवार नूं याद करदे रहो हर तरह के धार्मिक प्रोग्रामां दे लई और यूट्यूब ते तुसीं सर्च करके हरमन जर्मन सो इन्हां दा विजिटिंग कार्ड अगर किसी नूं चाहीदा होवे तो लै सकदा है हरमन जर्मन संगीत परिवार लुधियाने तों हर तरह के धार्मिक प्रोग्रामां दे लई आप सब की खिदमत विच हाजिर है कि सोडी चल करानू चलिए भरिया छड के मेला कोल सी पल्ले खर्च कर लिया जो सी पैसा तेला दिन बीत के शामा पईयां ते कातों करे कवेला सोडी चल करानू चलिए ते भरिया छड के मेला क्योंकि मेला भरिया छड़ना ही चंगा हुंदा है दरबार पीर बाबा जानी शाह सरकार इस मेले दी एक बार फिर तो सारी संगत नू बहुत बहुत मुबारकां बहुत बहुत शुक्रगुजार डिंपी साउंड और साढ़े भाजी लाइव वाले सो उन्होंने भी बहुत बहुत शुक्रगुजार हैं सो बाहरलियां कंट्रियां दे विच जिन्ने भी मेरे वीर इस नगर खेड़े पहुँचे हुए हैं सो सारे ने अज अपने इस नगर खेड़े का दरबार पीर बाबा जानी शाह जी के मेले का आनंद उठाया सो सारी संगत नूं जय पीरां दी जय मस्तां दी।